ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਸੇਫ ਹੋਵੋਗੇ ਐਂਡ ਯੂ ਆਰ ਟੇਕਿੰਗ ਐਂਪਲ ਪ੍ਰੀਕੋਸ਼ਨਸ ਇਨਫੈਕਸ਼ਨਸ ਕਾਫੀ ਵੱਧ ਰਹੀਆਂ ਦ ਕੇਸਿਸ ਆਰ ਇਨਕਰੀਜ਼ਿੰਗ ਐਂਡ ਬਿਕੋਜ਼ ਆਫ ਆਵਰ ਫੈਮਿਲੀ ਐਂਡ ਬਿਕੋਜ਼ ਆਫ ਪੀਪਲ ਅਰਾਊਂਡ ਅਸ ਵੀ ਹੈਵ ਟੂ ਟੇਕ ਐਕਸਟਰਾ ਪ੍ਰੀਕੋਸ਼ਨਸ ਵੀਅਰ ਮਾਸਕ ਯੂ ਨੋ ਸੋ ਟੂਡੇ ਵੀ ਹੈਵ ਗੈਦਰਡ ਵੰਸ ਅਗੇਨ ਟੂ ਅੰਡਰਸਟੈਂਡ ਦ ਕੰਸਰਨਸ ਦੈਟ ਆਲ ਆਫ ਯੂ ਹੈਵ ਪਰ ਉਹ ਤੋਂ ਪਹਿਲੇ ਤੁਹਾਨੂੰ ਸਾਰੇ ਬੱਚਿਆਂ ਨੂੰ ਤੁਹਾਡੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਫੋਰ ਗੈਟਿੰਗ ਯੂਰ ਵੀਜ਼ਾ ਸਮ ਸਟੂਡੈਂਟਸ ਵੁੱਡ ਹੈਵ ਗੋਟ ਯੂਰ ਕੰਪਲੀਟ ਵੀਜ਼ਾ ਸਮ ਸਟੂਡੈਂਟਸ ਹੈਵ ਗੋਟ ਆਨਲਾਈਨ ਵੀਜ਼ਾਸ ਏ ਆਈ ਪੀ ਜਿਹਨੂੰ ਆਪਾਂ ਫਸਟ ਸਟੇਜ ਕਹਿੰਦੇ ਹਾਂ ਐਡਮਿਸੀਬਿਲਿਟੀ ਸਟੇਜ ਅਜੇ ਪੈਂਡਿੰਗ ਹੈ ਤੁਹਾਡੇ ਪੋਰਟਲਸ ਵਿੱਚ ਐਡਮਿਸੀਬਿਲਿਟੀ ਪੈਂਡਿੰਗ ਦਿਖ ਰਹੀ ਹੋਏਗੀ ਪਲੀਜ਼ ਕਨਫਿਊਜ਼ ਨਾ ਹੋਣਾ ਫਸਟ ਸਟੇਜ ਨੂੰ ਐਲੀਜੀਬਿਲਿਟੀ ਕਹਿੰਦੇ ਆ ਸੈਕਿੰਡ ਸਟੇਜ ਨੂੰ ਐਡਮਿਸੀਬਿਲਿਟੀ ਕਹਿੰਦੇ ਆ ਸੈਕਿੰਡ ਸਟੇਜ ਕਲੀਅਰ ਤਾਂ ਹੀ ਹੋਏਗੀ ਜਦੋਂ ਬਾਇਓਮੈਟ੍ਰਿਕ ਹੋਏਗਾ ਜਦੋਂ ਯੂਨੋ ਪੀ ਸੀ ਸੀ ਔਰ ਮੈਡੀਕਲ ਦੁਬਾਰਾ ਤੋਂ ਮੰਗੀ ਜਾਏਗੀ ਤਾਂ ਹੀ ਸੈਕਿੰਡ ਸਟੇਜ ਯੂਨੋ ਕਲੀਅਰ ਹੋਏਗੀ ਸੋ ਡੋਂਟ ਗੈਟ ਕਨਫਿਊਜ਼ਡ ਇਫ ਯੂਨੋ ਪੋਰਟਲ ਵਿੱਚ ਇਹ ਆ ਜਾਂਦਾ ਕਿ ਤੁਹਾਡੀ ਐਡਮਿਸੀਬਿਲਿਟੀ ਸਟੇਜ ਪੈਂਡਿੰਗ ਦਿਖਾ ਰਹੀ ਹੈ ਸੋ ਅੱਜ ਦਾ ਮੇਨ ਜਿਹੜਾ ਮੁੱਦਾ ਹੈ ਉਹ ਇਹ ਹੀ ਹੈ ਕਿਉਂਕਿ ਹੁਣ ਕਲਾਸਿਸ ਸ਼ੁਰੂ ਹੋ ਗਈਆਂ ਹੈ ਕਿਸੇ ਕਾਲਜਿਸ ਦੀ 7 ਤਰੀਕ ਨੂੰ ਕਿਸੇ ਦੀ 8 ਨੂੰ ਕਿਸੇ ਦੀ 9 ਨੂੰ ਕਿਸੇ ਦੀ ਜੁਆਇਨ ਕਲਾਸਿਸ ਸ਼ੁਰੂ ਹੋਣ ਵਾਲੀਆਂ ਹੈ ਬਹੁਤ ਜਲਦੀ ਸੋ ਬੇਸਿਕਲੀ ਅੱਜ ਆਪਾਂ ਫਿਰ ਇੱਕ ਵਾਰੀ ਦੁਬਾਰਾ ਤੋਂ ਇਸੇ ਕਰਕੇ ਗੈਦਰ ਹੋ ਰਹੇ ਹਾਂ ਤਾਂ ਕਿ ਜੋ ਤੁਹਾਡੇ ਕੁਐਸਚਨਸ ਹੈ ਜੋ ਵੀ ਤੁਹਾਡੇ ਡਾਊਟਸ ਹੈ ਰਿਗਾਰਡਿੰਗ ਯੋਰ ਔਨਲਾਈਨ ਕਲਾਸਿਸ ਤੁਸੀਂ ਉਹ ਸਾਡੇ ਨਾਲ ਆਪਣੇ ਕਲੀਅਰ ਕਰ ਸਕੋ ਐਂਡ ਜੇ ਤੁਹਾਡੇ ਫਰੈਂਡਸ ਦੇ ਵੀ ਏ ਆਈ ਟੀ ਵੀਜ਼ਾਜ਼ ਆਏ ਆ ਤੁਸੀਂ ਉਹਨਾਂ ਦੇ ਵੀ ਕੁਐਸਚਨਸ ਮੇਰੇ ਤੱਕ ਪਹੁੰਚਾ ਸਕਦੇ ਹੋ ਸੋ ਬਿਫੋਰ ਆਈ ਸਟਾਰਟ ਆਨਸਰਿੰਗ ਟੂ ਯੋਰ ਕੁਐਸਚਨਸ ਮੈਂ ਇਹੀ ਰਿਕੁਐਸਟ ਕਰਾਂਗਾ ਕਿ ਪਲੀਜ਼ ਆਪਣੇ ਕੁਐਸਚਨਸ ਚੈਟ ਬਾਕਸ ਦੇ ਵਿੱਚ ਤੁਸੀਂ ਯੂ ਨੋ ਪੁੱਟ ਯੋਰ ਕੁਐਸਚਨਸ ਇਨ ਦਾ ਚੈਟ ਬਾਕਸ ਐਂਡ ਆਈ ਵਿਲ ਆਨਸਰ ਆਲ ਯੋਰ ਕੁਐਸਚਨਸ ਵਨ ਬਾਏ ਵਨ ਕਿਉਂਕਿ ਜਦੋਂ ਤੁਸੀਂ ਬੋਲਣ ਤੇ ਆਓਗੇ ਤੇ ਪਤਾ ਹੀ ਨਹੀਂ ਚੱਲਣਾ ਕੌਣ ਬੋਲ ਰਿਹਾ ਤੇ ਯੂ ਨੋ ਕੁਐਸਚਨਸ ਆਲਸੋ ਵੁੱਡ ਬੀ ਲੋਸਟ ਸੋ ਆਈ ਰਿਕੁਐਸਟ ਈਚ ਵਨ ਆਫ ਯੂ ਹੂ ਇਜ਼ ਅਟੈਂਡਿੰਗ ਟੂਡੇਜ਼ ਸੈਸ਼ਨ ਟੂ ਪੁੱਟ ਆਲ ਯੋਰ ਕੁਐਸਚਨਸ ਇਨ ਦਾ ਚੈਟ ਬਾਕਸ ਐਂਡ ਵਿਦ ਮੀ ਆਈ ਹੈਵ ਮਾਈ ਐਡਮਿਸ਼ਨਸ ਟੀਮ ਐਂਡ ਯੂ ਨੋ ਆਵਰ ਮੈਨੇਜਰਸ ਹੂ ਵੁੱਡ ਆਲਸੋ ਬੀ ਏਬਲ ਟੂ ਹੈਲਪ ਯੂ ਐਂਡ ਅਸਿਸਟ ਯੂ ਐਂਡ ਤੁਹਾਡੀਆਂ ਨਾਲ ਦੀ ਨਾਲ ਲਿਖਦੇ ਵੀ ਰਵਾਂਗੇ ਤਾਂ ਕਿ ਕੱਲ ਦੀ ਡੇਟ ਵਿੱਚ ਆਪਾਂ ਤੁਹਾਨੂੰ ਵੀ ਕੈਨ ਗੈਟ ਬੈਕ ਟੂ ਯੂ ਆਲਰਾਈਟ ਸੋ ਯੂ ਨੋ ਫਸਟ ਕੁਐਸਚਨ ਇਜ਼ ਸ਼ਿਵਮ ਇਜ਼ ਆਸਕਿੰਗ ਦੈਟ ਕੋਈ ਕੈਪਿਲਾਨੋ ਯੂਨੀਵਰਸਿਟੀ ਤੋਂ ਹੈ ਐਂਡ ਦੈਨ ਵੀ ਗੋਟ ਐਮ ਕਾਲਜ ਮੈਟ੍ਰਿਕਸ ਐਨੀਵਨ ਫਰੋਮ ਮੋਹਾਕ ਕਾਲਜ ਗਾਈਜ਼ ਮੇਰੀ ਸੁਜੈਸ਼ਨ ਤੁਹਾਨੂੰ ਇਹੀ ਹੈ ਕਿ ਸਾਡਾ ਇੱਕ ਕਮਿਊਨਿਟੀ ਬਣੀ ਹੈ ਪਿਰਾਮਿਡ ਦਾ ਇੱਕ ਪਰਿਵਾਰ ਹੈ ਇਹ ਆਪਾਂ 80 ਸਾਲ ਤੋਂ ਸ਼ੁਰੂ ਕੀਤਾ ਹੈ ਜੇ ਕਿਤੇ ਪਹਿਲੇ ਸ਼ੁਰੂ ਕੀਤਾ ਹੁੰਦਾ ਤਾਂ ਉਸ ਪਰਿਵਾਰ ਦੇ ਵਿੱਚ ਘੱਟ ਤੋਂ ਘੱਟ 30,000 ਬੱਚੇ ਹੁੰਦੇ ਬਟ ਯੂ ਨੋ ਇਟਸ ਨੈਵਰ ਟੂ ਲੇਟ ਸੋ ਆਪਾਂ ਕਮਿਊਨਿਟੀ ਸ਼ੁਰੂ ਕੀਤੀ ਹੈ ਜਿਹਨਾਂ ਬੱਚਿਆਂ ਦੇ ਵੀਜ਼ੇ ਆ ਜਾਂਦੇ ਆ ਜਾਂ ਏ ਆਈ ਟੀ ਆ ਜਾਂਦੀ ਹੈ ਉਹ ਬੱਚੇ ਸਾਡੀ ਪਿਰਾਮਿਡ ਕਨੈਕਟ ਦੀ ਕਮਿਊਨਿਟੀ ਜੁਆਇਨ ਕਰ ਸਕਦੇ ਹੈ ਯੂ ਨੋ ਬਾਏ ਸੈਂਡਿੰਗ ਅਸ ਅ ਰਿਕੁਐਸਟ ਐਂਡ ਵੀ ਵਿਲ ਐਕਸੈਪਟ ਯੋਰ ਰਿਕੁਐਸਟ ਸੋ ਜਿਹੜੇ ਤੁਸੀਂ ਇਹ ਕੁਐਸਚਨਸ ਪੁੱਛ ਰਹੇ ਹੋ ਕਿ ਕੋਈ ਐਮ ਕਾਲਜ ਤੋਂ ਹੈ ਮੈਟ੍ਰਿਕਸ ਤੋਂ ਹੈ ਕੈਪੀਲੈਨੋ ਤੋਂ ਹੈ ਉਹ ਤੁਹਾਨੂੰ ਸਾਰੇ ਬੱਚੇ ਉਸ ਕਮਿਊਨਿਟੀ ਵਿੱਚ ਮਿਲ ਜਾਣਗੇ ਸੁਨੀਲ ਇਫ ਯੂ ਕੈਨ ਸੈਂਡ ਦੈਮ ਦੈਟ ਲਿੰਕ ਕਿ ਕਿੱਦਾਂ ਕਮਿਊਨਿਟੀ ਜੁਆਇਨ ਕਰਨੀ ਹੈ ਅਦਰਵਾਈਜ਼ ਰਮਨਪ੍ਰੀਤ ਨੂੰ ਤੁਸੀਂ ਯੂ ਨੋ ਜਿਹੜੇ ਆਪਦੇ ਵੀਜ਼ਾ ਕੋਆਰਡੀਨੇਟਰ ਹੈ ਉਹਨਾਂ ਨੂੰ ਵੀ ਤੁਸੀਂ ਪਲੀਜ਼ ਲਾਈਨ ਦੇ ਨਾਲ ਲੈ ਲਓ ਸੋ ਦੈਟ ਸ਼ੀ ਇਜ਼ ਏਬਲ ਟੂ ਐਡਰੈਸ ਦੀ ਸਟੂਡੈਂਟਸ ਐਂਡ ਜਿਹੜੇ ਤੁਸੀਂ ਇੱਦਾਂ ਦੇ ਕੁਐਸਚਨਸ ਪੁੱਛ ਰਹੇ ਹੋ ਕਿ ਕੋਈ ਕਿਸੇ ਪਰਟੀਕੁਲਰ ਕਾਲਜ ਦੀ ਇੰਟਰੋਡਕਸ਼ਨਸ ਚਾਹੁੰਦੇ ਹੋ ਤੇ ਉਸ ਕਮਿਊਨਿਟੀ ਦਾ ਪਾਰਟ ਬਣ ਕੇ ਤੁਸੀਂ ਉਸ ਕਾਲਜ ਦੇ ਵਿੱਚ ਤੁਸੀਂ ਯੂ ਨੋ ਆਪਣੀ ਇਨਫੋਰਮੇਸ਼ਨ ਲੈ ਸਕਦੇ ਹੋ ਮੈਂ ਵੀ ਤੁਹਾਨੂੰ ਸ਼ੇਅਰ ਕਰ ਸਕਦਾ ਆਈਲ ਜਸਟ ਸ਼ੇਅਰ ਇਟ ਵਿਦ ਯੂ ਇਨ ਅ ਵਾਈਲ ਸੋ ਲੇਕ ਹੈ ਅਲੈਗਜ਼ੈਂਡਰ ਸੀ ਡੀ ਈ ਐਨੀਵਨ ਫਰੋਮ ਨਾਇਆਗਰਾ ਸਰ ਕਲਾਸਿਸ ਕਦੋਂ ਸਟਾਰਟ ਹੋਣਗੀਆਂ ਹਰਪ੍ਰੀਤ ਤੁਸੀਂ ਕਿਹੜੇ ਕਾਲਜ ਦੀ ਗੱਲ ਕਰ ਰਹੇ ਹੋ ਕਿਉਂਕਿ ਨਾਇਆਗਰਾ ਕਾਲਜ ਦੀਆਂ ਕਲਾਸਿਸ ਤਾਂ ਕੱਲ੍ਹ ਤੋਂ ਸਟਾਰਟ ਹੋ ਗਈਆਂ ਹੈ ਸੋ ਜੇ ਤੁਹਾਨੂੰ ਕਲਾਸਿਸ ਸਟਾਰਟ ਦਾ ਇਨਫੋਰਮੇਸ਼ਨ ਹਜੇ ਨਹੀਂ ਪਹੁੰਚੀ ਹੈ ਤੇ ਪਲੀਜ਼ ਆਪਣਾ ਨਾਮ ਔਰ ਕੰਟੈਕਟ ਨੰਬਰ ਸਾਨੂੰ ਇੱਥੇ ਚੈਟ ਵਿੱਚ ਹੁਣੀ ਮੈਸੇਜ ਕਰੋ ਮੈਂ ਫਿਰ ਰਿਪੀਟ ਕਰ ਰਹੇ ਹਾਂ ਬਹੁਤ ਸਾਰੇ ਕਾਲਜਿਸ ਦੀਆਂ ਕਲਾਸਾਂ ਸਟਾਰਟ ਹੋ ਗਈਆਂ ਹੈ ਜੇ ਕਾਲਜ ਵੱਲੋਂ ਜਾਂ ਪਿਰਾਮਿਡ ਵੱਲੋਂ ਤੁਹਾਨੂੰ ਕਾਲ ਨਹੀਂ ਆਈ ਹੈ ਤੇ ਪਲੀਜ਼ ਆਪਣਾ ਨਾਮ ਔਰ ਆਪਣਾ ਕੰਟੈਕਟ ਨੰਬਰ ਔਰ ਆਪਣੇ ਕਾਲਜ ਦਾ ਨਾਮ ਚੈਟ ਬਾਕਸ ਵਿੱਚ ਹੁਣੀ ਮੈਸੇਜ ਕਰੋ ਰਾਈਟ ਅਵੇ ਤੁਹਾਨੂੰ ਕਾਲ ਆਏਗੀ ਔਰ ਜਿਹੜੀ ਵੀ ਇਨਫੋਰਮੇਸ਼ਨ ਚਾਹੀਦੀ ਹੈ ਯੂ ਵਿਲ ਬੀ ਏਬਲ ਟੂ ਗੈਟ ਦੈਟ ਇਨਫੋਰਮੇਸ਼ਨ ਆਲ ਰਾਈਟ ਐਂਡ ਅਪਡੇਟ ਰਿਗਾਰਡਿੰਗ ਡੀ ਐਫ ਐਸ ਸੋ
there have been regular IRCC seminars that we have also been attending. So ओदे विच यही गल सामने आ रही है कि हजे VFS open होने दे कोई you know संकेत नहीं आ रहे सामने. So we are hoping कि अक्टूबर विच VFS open हो जाएगी. VFS open होने नाल साडा biometric होवेगा और जिहड़े जिहड़े additional physical documents साडे तों मंगे जा रहे हैं वो documents आपां submit करवा पावांगे. But September विच मैनूं VFS open हुंदी दिख नहीं रही. At the same time 18 मार्च तो पहले वाले बच्चे ट्रैवल सपोर्ट लैटर नाल हुण पहुंच पा रहे हैं. एंट्री भी मिल रही है. विचकार एक टाइम आया सी जदों एंट्री मिलनी मुश्किल हुई हुई सी. हुण फिर बच्चों नूं एंट्री मिल रही है पर 18 मार्च तो बाद वाले और AIT वालों लई हजे थोड़ा होर वेट करना पड़ेगा. बट द गुड न्यूज इज लास्ट IRCC दी कम्युनिकेशन दे विच उन्होंने बहुत क्लीयर कर दिता है कि यू नो 30 अप्रैल तक तुसीं ऑनलाइन क्लासेस लै सकते हो. तीन मेजर चेंजेस कहियां सीगियां. पहली चेंज सी कि 30 अप्रैल तक तुसीं ऑनलाइन क्लासेस लै सकते हो जो कि पहले दिसंबर 31 सी. सो यह 4 महीने की एक्सटेंशन मिल गई. दूसरा जिहड़े बच्चों का 1 साल की पढ़ाई सीगी वह बच्चों को समझ नहीं आ रही थी कि करिए डेफर करिए एक सेमेस्टर तो बाद के पढ़ाई शुरू ही ना करिए. उन्होंने यह भी क्लीयर कर दिता है कि जिहड़े बच्चों का 1 साल का कोर्स है वो 1 साल की पढ़ाई तो बाद अपना PGWP पोस्ट ग्रेजुएशन वर्क परमिट इंडिया च बैठे बैठे अप्लाई कर सकता है. तो जे तुसी अपना तुहाडा मई विच तुसी अपनी साल की पढ़ाई शुरू की सी मई तो सितंबर सितंबर तो जनवरी तक भी तुसी नहीं जा पाते तो तुसी अपना PGWP अप्लाई कर सकते हो और तुहाडा वर्क परमिट लग के आजूगा एंड सीधा तुसी उत्थे वर्क करन लई कैनेडा जा पाओगे. जिहड़े बच्चे 1 साल का वर्क परमिट नहीं लेना चाहते वो जनवरी विच या मई विच अपना दूसरा अगर कोर्स शुरू करते हैं सैकेंड कोर्स शुरू करते हैं 1 साल की ड्यूरेशन का उन्होंने भी 3 साल तक का वर्क परमिट मिल सकता है एज पर द सैकेंड IRCC गाइडलाइन. 3 गाइडलाइन की गल की मैं. पहली गाइडलाइन कहती है कि 30 अप्रैल तक ऑनलाइन क्लासा लग सकती हैं. दूजी गाइडलाइन कहती है कि 1 साल वाले बच्चे अपनी ऑनलाइन की 1 साल पढ़ाई तो बाद PGWP इंडिया च बैठे बैठे अप्लाई कर सकते हैं. जे दूजे कोर्स में एडमिशन ले लेंगे तो 3 साल तक का वर्क परमिट हासिल कर सकते हैं प्रोवाइडेड दूजा कोर्स शुरू करने लिए कैनेडा जान. तो इसलिए दूजा कोर्स साल का कोर्स मेरी एडवाइस यही है कि जनवरी में लैन की बजाय मई में लवो क्योंकि उदों तक जाना आसान हो जाएगा. यू नो अगर वाहगुरु ने चाहिया तो सारा कुछ अगले 2-3 महीनों के अंदर अंदर ही ठीक हो जाएगा. वैक्सीनेशन विल कम you know herd immunity will be achieved. So let us pray to God. Baba ji agge ahi ardas karde ha ki jehde bachiyan de supne hai oh jaldi apne you know jaake classes shuru kar sakan in person pad sakan Canada pahunch sakan. Tiji jehdi important you know unhone eh guideline the third important instruction that was given by IRCC was that second stage permit you know is applicable for October and November intake also. So je tusi November intake layi apply kar rahe ho te AIP de andar tuhanda visa November intake layi vi aa sakda hai. To agar tusi November intake di offer leke baithe hoye ho aur fees nahi pay kiti hai te jaldi pay karke 15 September tak apni file laga lo. Halanki ummeed hai ki kiti ja rahi hai ki January intake layi vi AIP visa nu extend kar ditta jayega. Bahut acche results aa rahe hai. Lagbhag 8-900 bachcha यू नो साडा पिरामिड के थ्रू अपलाई किया बच्चा यू नो AIT वीजा हासिल कर चुका होया है एंड दे आर इन द प्रोसेस ऑफ स्टार्टिंग देयर क्लासेस ऑनलाइन. यू नो सो वी आर जस्ट होपिंग दैट दिस नंबर कीप्स कंटिन्यूइंग. हजे 600-700 फाइल्स भी पई हुई हैं. कैनेडोर विच कोई है, नियाग्रा विच कोई है, नियाग्रा मैकेनिकल इंजीनियरिंग टेक्नोलॉजी अर्ली चाइल्डहुड एजुकेशन. ऑलराइट गाइस, सो रमन गगनदीप नियाग्रा विच काफी बच्चे है. प्लीज पिरामिड कम्युनिटी ज्वाइन करो. आई विल जस्ट फॉरवर्ड दैट लिंक टू यू अगेन. गिव मी वन क्विक सेकंड. मैं लिंक फॉरवर्ड किया तुसी एस फेसबुक दे पेज ते तुसी क्लिक करके सानू रिक्वेस्ट भेजो. जिहड़े साडे आफ्टर वीजा कोआर्डीनेटर मैडम है वो ताडा लिंक एक्सैप्ट करनगे एंड दैन यू विल बी अलाउड इन दैट पर्टिकुलर कम्युनिटी जिहदे विच तुसी आपस विच एक दूजे दे कॉलेजेस दे जिहड़े बच्चे सेम कॉलेजेस विच हैगे एक दूजे नाल राबता कर सकते हैं, क्वेश्चंस पुछ सकते हैं एंड अगर कोई भी प्रॉब्लम आती है यू कैन स्टिल आस्क क्वेश्चंस फ्रॉम अस एज वेल. ऑलराइट एंड मूविंग ओवर जिहड़े बच्चों के होर क्वेश्चंस आ रहे हैं लेट मी क्विकली
address that as well. Karanveer question puch raha hai, mera course ek baar defer hoya si May to September because of refusal from KPU. Now I want to defer from KPU. KPU says it is possible for one time. Now what can I do? So Karanveer, that is correct. KPU the policy hai. You should apply for a refund and again apply to KPU for January intake or to some other institution. You know, so if you've been refused, the deferral can be one. So my suggestion is that apply for a refund, get a refund and then reapply again so that you can start. Dear sir, if I start online classes and I get refusal in second stage, what will be the refund policy? Komalpreet, tanu dasna payega ki keda college hai. Har ek college di refund policy different hai. So depending upon that, we shall be able to tell you that what is the refund policy of that particular institution. All right? प्लीज अपना नाम और नंबर कोमल प्रीत एस सी डी यस कोमल सो सी डी कॉलेज एंड ऑल द मॉन्ट्रियल कॉलेजेस देयर वुड बी नो डिडक्शन सो यू कैन स्टार्ट योर ऑनलाइन क्लासेस ऑल द क्यूबिक कॉलेजेस सी डी ई एंड एम कॉलेज ऑल अदर कॉलेजेस सो देयर वुड बी नो डिडक्शन यू काइंडली प्लीज स्टार्ट योर ऑनलाइन कोर्स फ्रॉम इंडिया सो देयर वुड बी नो डिडक्शन इन योर ट्यूशन फीस डिपॉजिट थैंक यू सर कोमल इन विच ब्रांच आर यू कनेक्टेड विद यस जलंधर और आपके केस ऑफिसर कौन थे यहाँ पे मैं अभी आपको कॉल करवाता हूँ इस सेशन के बाद मिस्टर करण आपको मैं कॉल आ जाएगी करण की तरफ से इस सेशन के बाद ठीक है जी बट क्यों बैक थैंक यू सर नहीं है कोई भी आप अपनी क्लासेस स्टार्ट कर सकते हो गाइस मैं फेयर अपील कर रहा हूं तो सारे आगे की प्लीज जे ऑनलाइन वीजा आ गया है तो अपनी क्लासेस स्टार्ट करो अगर कॉलेज दी रिफंड पॉलिसी है कहती है कि सेकंड स्टेज विच रिफ्यूजल अगर आ जाता है तो रिफंड कर देंगे यू नो सर मिस ना करो ਉੱਥੇ ਜੇ ਤੁਸੀਂ ਸੋਚਦੇ ਹੋ ਕਿ ਕਲਾਸਿਸ ਸ਼ੁਰੂ ਕਰਕੇ ਪਾਰਟ ਟਾਈਮ ਜੌਬ ਮਿਲ ਜੂਗੀ ਤੇ ਇੱਕ ਛੋਟੀ ਜੀ ਕੈਲਕੂਲੇਸ਼ਨ ਦੱਸਣ ਯੂ ਨੋ ਆਈ ਵੁੱਡ ਲਾਈਕ ਟੂ ਟੈਲ ਯੂ $10 $12 ਤੋਂ ਉੱਪਰ ਕੋਈ ਉੱਥੇ ਦਿੰਦਾ ਨਹੀਂ ਹੈ ਜੇ 20 ਘੰਟੇ ਤੁਸੀਂ ਕੰਮ ਵੀ ਕਰਦੇ ਹੋ ਤੇ ਹਫਤੇ ਦਾ $200 ਕਮਾਉਂਦੇ ਹੋ ਔਰ ਮਹੀਨੇ ਦਾ $800 ਤੋਂ ਉੱਪਰ ਨਹੀਂ ਬਣਿਆ ਔਰ ਖਰਚਾ 1000 ਤੋਂ 1200 ਹੈ ਔਰ ਇਹ ਸਿਚੁਏਸ਼ਨ ਹੈ ਜਦੋਂ ਤੁਹਾਨੂੰ ਕੰਮ ਮਿਲ ਗਿਆ ਉਦੋਂ ਜਿਹੜੀ ਕਮਾਈ ਹੈ ਮਹੀਨੇ ਦੀ $800 ਹੈ ਜਦੋਂ ਕੰਮ ਨਾ ਮਿਲਿਆ ਤੇ ਉਦੋਂ ਪੱਲੇ ਉਹ $1000 ਪੈਣਾ ਜੇ ਸਾਨੂੰ ਵਰਕ ਪਰਮਿਟ ਮਿਲ ਰਿਹਾ ਹੈ ਪੜ੍ਹਾਈ ਤੋਂ ਬਾਅਦ ਤੇ ਆਪਾਂ ਆਪਣਾ ਘਰ ਬੈਠੇ ਉਹ $1000 ਕਿਉਂ ਨਹੀਂ ਬਚਾ ਸਕਦੇ ਵਾਈ ਡੂ ਵੀ ਵਾਂਟ ਟੂ ਪ੍ਰੋਬਬਲੀ ਹਸ਼ ਹਸ਼ ਕਿ ਆਪਾਂ ਆਪਣਾ ਯੂ ਨੋ ਜਾ ਕੇ ਹੀ ਫਟਾਫਟ ਕਰਨਾ ਹੈ ਜੇ ਵੀਜ਼ਾ ਲੱਗਾ ਹੋਇਆ ਹੈ ਪਾਸਪੋਰਟ ਤੇ ਸਟੈਂਪ ਹੈ 18 ਮਾਰਚ ਤੋਂ ਪਹਿਲੇ ਦਾ ਲੱਗਾ ਹੈ ਫਿਰ ਤਾਂ ਜੀ ਸਦਕੇ ਜਾਓ ਸਪੋਰਟ ਲੈਟਰ ਮੰਗਵਾਓ ਔਰ ਜਾਓ ਪਰ ਜੇ ਨਹੀਂ ਲੱਗਾ ਹੈ ਤੇ ਮੇਰੀ ਸੁਜੈਸ਼ਨ ਹੈ ਕਿ ਸੈਕਿੰਡ ਸਟੇਜ ਦੀ ਚਾਂਸਿਸ ਵਧਾਉਣ ਦੇ ਲਈ ਸੈਕਿੰਡ ਸਟੇਜ ਦੇ ਵੀਜ਼ਾ ਚਾਂਸਿਸ ਵਧਾਉਣ ਦੇ ਲਈ ਆਪਣੀਆਂ ਕਲਾਸਾਂ ਜ਼ਰੂਰ ਸਟਾਰਟ ਕਰੋ ਹਾਂ ਜੇ ਕਾਲਜ ਕਹਿੰਦਾ ਕਿ ਆਪਾਂ ਰਿਫੰਡ ਨਹੀਂ ਕਰਾਂਗੇ ਸੈਕਿੰਡ ਸਟੇਜ ਵਿੱਚ ਰਿਫਿਊਜ਼ਲ ਦੇ ਕੇਸ ਵਿੱਚ ਤੇ ਉਸ ਕੇਸ ਵਿੱਚ ਡਿਸੀਜਨ ਤੁਹਾਡਾ ਹੈ ਕਿ ਤੁਸੀਂ ਕਰਨਾ ਚਾਹੁੰਦੇ ਹੋ ਕਿ ਨਹੀਂ ਕਰਨਾ ਚਾਹੁੰਦੇ ਹੋ ਵੀ ਵੁੱਡ ਨਾਟ ਯੂ ਨੋ ਗਿਵ ਯੂ ਐਨੀ ਪਰਟੀਕੁਲਰ ਸੁਜੈਸ਼ਨ ਔਨ ਦੈਟ ਯੂ ਵਿਲ ਹੈਵ ਟੂ ਟੇਕ ਯੋਰ ਓਨ ਡਿਸੀਜਨ ਬਾਈ ਕੰਸਲਟਿੰਗ ਵਿਦ ਯੋਰ ਫੈਮਿਲੀਜ਼ ਐਂਡ ਫਰੈਂਡਸ ਬਟ ਅਗਰ ਰਿਫੰਡ ਪਾਲਿਸੀ ਹੈ ਤੇ ਜ਼ਰੂਰ ਕਲਾਸਿਸ ਸਟਾਰਟ ਕਰੋ ਆਫਟਰ ਪ੍ਰੀ ਰਜਿਸਟ੍ਰੇਸ਼ਨ ਕਾਲਜ ਆਪਣੇ ਆਪ ਅੱਗੇ ਪ੍ਰੋਸੈਸ ਕਰੂ ਸ਼ੈਡਿਊਲ ਦੇਣ ਵਾਸਤੇ ਪ੍ਰਦੀਪ ਅਗਰ ਤੁਹਾਡੀ ਪ੍ਰੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਲੌਗਇਨ ਇਨਫੋਰਮੇਸ਼ਨ ਮਿਲਦੀ ਹੈ ਅਗਰ ਤੁਹਾਨੂੰ ਕਲਾਸਿਸ ਸਟਾਰਟ ਸਰ ਬਟ ਲੌਗਇਨ ਇਨਫੋਰਮੇਸ਼ਨ ਮਿਲ ਰਿਹਾ ਬਟ ਉਹਦੇ ਹਜੇ ਵੀ ਆ ਰਿਹਾ ਕਿ ਅਨਿਲ ਹੈ ਤੁਹਾਡੀ ਆਈ ਹੈ ਜੇ ਉਹਨਾਂ ਨੇ ਪਾਈ ਪ੍ਰਦੀਪ ਕਾਲਜ ਕਿਹੜਾ ਹੈ ਕੈਨਰ ਕਾਲਜ ਬਟਨ ਕੈਂਪਸ ਤੇ ਕੀ ਪ੍ਰੋਬਲਮ ਕੀ ਆ ਰਹੀ ਹੈ ਪ੍ਰਦੀਪ ਯੂ ਕੈਨ ਟੈਕਸਟ ਯੋਰ ਪ੍ਰੋਬਲਮ ਪਲੀਜ਼ ਆਪਣਾ ਨਾਮ ਔਰ ਨੰਬਰ ਆਪਣੀ ਐਸੀ ਚੈਟ ਬਾਕਸ ਵਿੱਚ ਲਿਖੋ ਐਂਡ ਵੀ ਵਿਲ ਰਾਈਟ ਅਵੇ ਕਾਲ ਯੂ ਰਾਈਟ ਅਗਰ ਤੁਸੀਂ ਆਪਣਾ ਨਾਮ ਨੰਬਰ ਦੇਤਾ ਹੈ ਤੇ ਯੂ ਨੋ ਯੂ ਵਿਲ ਬੀ ਰਿਸੀਵਿੰਗ ਅ ਕਾਲ ਰਾਈਟ ਅਵੇ ਆਈ ਕੈਨ ਆਲਸੋ ਗਿਵ ਯੂ ਅ ਕਾਲ ਟੂ ਅੰਡਰਸਟੈਂਡ ਯੋਰ ਕੁਐਸਚਨ ਯੂ ਨੋ ਬਟ ਕੈਨਡੋਰ ਕਾਲਜ ਦੀ ਕਲਾਸਾਂ ਮੇਰੇ ਖਿਆਲ ਨਾਲ ਸਪਟੈਂਬਰ 20 ਤੋਂ ਬਾਅਦ ਹੀ ਸ਼ੁਰੂ ਹੈ ਸੋ ਯੂ ਸਟਿਲ ਹੈਵ ਟਾਈਮ ਟੂ ਸਟਾਰਟ ਯੋਰ ਕਲਾਸਿਸ ਹਜੇ 10 ਦਿਨ ਪਏ ਹੈ ਟੂ ਸਟਾਰਟ ਯੋਰ ਕਲਾਸਿਸ ਫੋਰ ਕੈਨਡੋਰ ਕਾਲਜ ਆਲਰਾਈਟ ਸਰ ਆਈ ਵੁੱਡ ਵਾਂਟ ਟੂ ਗਿਵ ਅਨ ਇਨਪੁਟ ਹੇਅਰ ਸੋ ਸਟੂਡੈਂਟ ਫੋਰ ਕੈਨਡੋਰ ਕਾਲਜ ਵੀ ਸਟਿਲ ਹੈਵ ਅ ਟਾਈਮ ਇਫ ਸਮਬਡੀ ਹੈਜ਼ ਆਲਰੇਡੀ ਡੈਫਰਡ ਹਿਜ਼ ਔਰ ਹਰ ਕੇਸ ਫੋਰ ਜਨਵਰੀ ਐਂਡ ਸਟਿਲ ਇਫ ਦੇ ਆਰ ਇੰਟਰਸਟਿਡ ਟੂ ਟੇਕ ਆਨਲਾਈਨ ਕਲਾਸਿਸ we can still go ahead and mark an email to the college halle bhi sade kol time hai apa college nu email karke deferment cancel karwa ke and the student can go for online classes we still have a time for canada mere kol canada di complete list hai so I'll call personally one by one today i have 60 odd student for canada so tadi koi bhi query koi question hoega
ਤੁਹਾਨੂੰ ਕੋਈ ਪੋਰਟਲ ਐਕਸੈਸ ਕਰਨ 'ਚ ਪ੍ਰੋਬਲਮ ਆ ਰਹੀ ਹੈ, ਮੈਂ ਇੱਕ ਇੱਕ ਸਟੂਡੈਂਟ ਕੈਲੰਡਰ ਦਿਨ ਕਾਲ ਕਰੂੰਗਾ ਫਰੋਮ ਆਫਟਰ ਦਿਸ ਸੈਸ਼ਨ। ਸੋ ਕੋਈ ਵੀ ਜਿੱਥੇ ਤੁਹਾਨੂੰ ਪ੍ਰੋਬਲਮ ਫੇਸ ਹੋ ਰਹੀ ਹੈ, ਪਲੀਜ਼ ਟੈਲ ਮੀ ਐਂਡ ਆਈ ਵਿਲ ਟਰਾਈ ਟੂ ਰੈਕਟੀਫਾਈ ਦ ਪ੍ਰੋਬਲਮ ਟੂਡੇ ਇਟਸੈਲਫ ਫੋਰ ਕੈਲੰਡਰ ਕਾਲਜ। ਹੈਲੋ ਸਰ, ਸਰ ਹੈਲੋ ਜੀ 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 ਸਰ, ਮੇਰਾ ਤੁਹਾਨੂੰ ਦੱਸਿਆ ਨਹੀਂ ਸੀ ਕਿ ਪੀਯੂ ਬਾਰੇ ਵੀ ਮੇਰਾ ਪਹਿਲਾਂ ਡੈਫਰ ਹੋਇਆ ਸੀ ਕੇਸ ਮਈ ਤੋਂ ਸਤੰਬਰ ਵਾਸਤੇ ਜੀ। ਸਰ ਹੁਣ ਮੈਂ ਕਲਾਸਾਂ ਵੀ ਲਾ ਸਕਦਾ ਸੀ, ਮੇਰੀ ਮੇਰਾ ਸਰ ਕਰਨਵੀਰ ਸਿੰਘ ਜੀ। ਕਰਨਵੀਰ ਸਿੰਘ ਬੇਟਾ ਇੱਕ ਸੈਕਿੰਡ ਹੋਲਡ ਕਰ, ਕਰਨਵੀਰ ਨੂੰ ਕਾਲ ਕਰ ਰਿਹਾ ਤੁਹਾਨੂੰ। ਸਤਿ ਸ਼੍ਰੀ ਅਕਾਲ ਕਰਨਵੀਰ, ਕੀ ਹਾਲ ਹੈ ਜੀ? ਹੁਣ ਦੱਸੋ ਜੀ, ਠੀਕ ਹੈ ਜੀ ਜੀ ਜੀ। ਪੂਜਾ ਕਰਨਵੀਰ ਜਿਹਦੀ ਮੈਂ ਹੁਣ ਆਪਾਂ ਡਿਸਕਸ਼ਨ ਕਰ ਰਹੇ ਹਾਂ, ਇਸ ਬੱਚੇ ਦਾ ਪਹਿਲੀ ਵਾਰ ਰਿਫਿਊਜ਼ਲ ਸੀ, ਹੁਣ ਇਹਦਾ ਵੀਜ਼ਾ ਆ ਗਿਆ ਹੈ, ਬਟ ਇਹ ਹੁਣ ਡੈਫਰ ਕਰਨਾ ਚਾਹੁੰਦਾ ਸਪਟੈਂਬਰ ਤੋਂ। ਪਹਿਲੇ ਮਈ ਤੋਂ ਸਪਟੈਂਬਰ ਡੈਫਰ ਹੋਇਆ ਸੀ, ਹੁਣ ਸਪਟੈਂਬਰ ਤੋਂ ਜਨਵਰੀ ਡੈਫਰ ਕਰਨਾ ਚਾਹੁੰਦਾ। ਅਤੇ ਕੇ ਪੀ ਯੂ ਆਈ ਬਿਲੀਵ ਇਜ਼ ਸੇਇੰਗ ਕਿ ਡੈਫਰ ਨਹੀਂ ਹੋ ਸਕਦਾ, ਤੁਸੀਂ ਆਪਣਾ ਰਿਫੰਡ ਲੈ ਲਓ। ਸੋ ਕੈਨ ਯੂ ਕਨਫਰਮ ਦ ਸਟੇਟਮੈਂਟ? ਤੋ ਮੁਝੇ ਅਭੀ ਆਪ ਕਾਲ ਕਰਕੇ ਬਤਾਈਏਗਾ। ਕਰਨਵੀਰ ਅਭੀ ਚੈਟ ਪੇ ਹੈ, 9770607720। ਕਰਨਵੀਰ ਇਸਕਾ ਚੈੱਕ ਕੀਜੀਏ ਕੇ ਪੀ ਯੂ ਕਾ ਕਿਆ ਰਿਸਪੋਂਸ ਆਇਆ ਹੈ, ਔਰ ਉਸਕੇ ਬਾਅਦ ਬਤਾਈਏ, ਕਰਨਵੀਰ ਕੋ ਕਾਲ ਕਰਕੇ ਬਤਾਈਏ, ਲੈਟ ਮੀ ਨੋ। ਐਂਡ ਅਗਰ ਇਸੀ ਕਲਾਸਿਸ ਦੁਬਾਰਾ ਸੇ ਰੀਇੰਸਟੇਟ ਹੋ ਸਕਤੀ ਹੈ ਡੈਫਰਲ ਕੀ ਬਜਾਏ, ਤੋ ਵੋ ਵੀ ਰਿਕੁਐਸਟ। ਅਗਰ ਕਰਨਵੀਰ ਆਪਾਂ ਕੇ ਪੀ ਯੂ ਨੂੰ ਰਿਕੁਐਸਟ ਕਰ ਲਈਏ ਕਿ ਤੁਸੀਂ ਡੈਫਰ ਦੀ ਬਜਾਏ ਕਲਾਸਾਂ ਸ਼ੁਰੂ ਕਰ ਦਿਓ, ਤੇ ਵੁੱਡ ਯੂ ਬੀ ਓਕੇ ਵਿਦ ਦੈਟ? ਯਾਰ ਕਰਨਵੀਰ, ਵੈਸੇ ਯੂ ਨੋ ਚਾਂਸਿਸ ਆਰ ਵੈਰੀ ਵੈਰੀ ਲੈਸ ਸੈਕਿੰਡ ਸਟੇਜ ਵਿੱਚ, ਕਿਉਂਕਿ ਪਹਿਲੀ ਵਾਰੀ ਰਿਫਿਊਜ਼ਲ ਤੋਂ ਬਾਅਦ ਸੈਕਿੰਡ ਟਾਈਮ ਅਗਰ ਏ ਆਈ ਟੀ ਆ ਰਿਹਾ ਹੈ, ਤੇ ਯੂ ਨੋ ਕੇਸ ਸ਼ੁੱਡ ਨਾਟ ਬੀ ਅ ਪ੍ਰੋਬਲਮ। ਹਾਂ, ਸੋ ਕਰਨਵੀਰ ਨਾਲ ਡਿਸਕਸ ਕਰਕੇ ਕਿ ਜਿਹੜੇ ਕੋਰਸਿਸ ਉਹਨੇ ਸਿਲੈਕਟ ਕੀਤੇ ਸੀਗੇ, ਕਿ ਜੇ ਇਹ ਜੋ ਇਹ ਦੱਸ ਰਹੇ ਹੈ ਅਗਰ ਉਹ ਸਹੀ ਹੈ, ਅਗਰ ਸੈਕਿੰਡ ਟਾਈਮ ਡੈਫਰਲ ਨਹੀਂ ਪੈਂਦਾ, ਤਾਂ ਤੁਸੀਂ ਕੁਆਂਟਲਿਨ ਨੂੰ ਰਿਕੁਐਸਟ ਕਰ ਦਿਓ ਕਿ ਬੱਚਾ ਆਪਣੀ ਕਲਾਸਿਸ ਔਨਲਾਈਨ ਲਗਾਉਣਾ ਚਾਹੁੰਦਾ ਹੈ, ਇਹ ਵੇਲੇ ਉਹਨੇ ਕੋਰਸਿਸ ਲਏ ਸੀਗੇ, ਤੁਸੀਂ ਕਾਈਂਡਲੀ ਇਹ ਕੋਰਸਿਸ ਰੀਇੰਸਟੇਟ ਕਰੋ। ਇਫ ਦੇ ਆਰ ਓਕੇ ਵਿਦ ਇਟ ਫਿਰ ਠੀਕ ਹੈ, ਨਹੀਂ ਤਾਂ ਦੁਬਾਰਾ ਤੋਂ ਮੇਰੇ ਨਾਲ ਗੱਲ ਕਰਕੇ ਮੈਨੂੰ ਦੱਸੋ। ਇਮੀਡੀਏਟਲੀ ਹੋਣਾ ਚਾਹੀਦਾ। ਕਰਨਵੀਰ, ਤੁਹਾਨੂੰ ਕਾਲ ਆ ਰਿਹਾ ਆਫਿਸ ਵਿੱਚੋਂ, ਔਰ ਤੁਸੀਂ ਉਹ ਤੋਂ ਬਾਅਦ ਵਿਲ ਵਿਲ ਫਾਈਂਡ ਅ ਸੋਲੂਸ਼ਨ ਫੋਰ ਦਿਸ, ਡੋਨਟ ਵਰੀ। ਆਲਰਾਈਟ, ਸੌਰੀ ਗਾਇਜ਼, ਸੌਰੀ। ਆਈ ਥਿੰਕ ਇਟ ਇਜ਼ ਇੰਪੋਰਟੈਂਟ ਕਿ ਨਾਲ ਦੀ ਨਾਲ ਹੀ ਸੋਲੂਸ਼ਨ ਮਿਲਦਾ ਰਹੇ, ਰਾਧਾ ਦੇਨ ਆਪਾਂ ਐਵੇਂ ਚੈਟਿੰਗ ਕਰਦੇ ਰਹੀਏ ਸਾਰਾ ਟਾਈਮ। ਓਕੇ, ਆਲਰਾਈਟ, ਹੁਣ ਅਗਲਾ। ਯੂ ਹੈਵ ਟੂ ਬੀ ਪੇਸ਼ੈਂਟ ਵਿਦ ਮੀ, ਆਈ ਵਿਲ ਟਰਾਈ ਟੂ ਐਡਰੈਸ ਹਰ ਇੱਕ ਦੇ ਕੁਐਰੀ, ਆਈ ਵਿਲ ਟਰਾਈ ਟੂ ਐਡਰੈਸ, ਪਰ ਟਾਈਮ ਲੱਗ ਸਕਦਾ ਹੈ, ਔਰ ਤੁਸੀਂ ਪੇਸ਼ੈਂਟ ਰਹਿਣਾ ਮੇਰੇ ਨਾਲ, ਐਂਡ ਆਈ ਵਿਲ ਟਰਾਈ ਟੂ ਐਡਰੈਸ ਐਵਰੀ ਸਿੰਗਲ ਕੰਸਰਨ, ਰਾਈਟ, ਐਂਡ ਵੀ ਵਿਲ ਕਮ ਟੂ ਅ ਕੰਕਲੂਜਨ, ਔਰ ਇਹ ਤੋਂ ਬਾਅਦ ਆਪਾਂ ਇੱਕ ਫੋਲੋ ਅਪ ਮੀਟਿੰਗ ਫਿਰ ਰੱਖਾਂਗੇ ਕੱਲ੍ਹ ਦੁਬਾਰਾ ਤੋਂ ਸ਼ਾਮੀ, ਤਾਂ ਕਿ ਤੁਹਾਡੀਆਂ ਜਿਹੜੀਆਂ ਪ੍ਰੋਬਲਮ ਜਿਹੜੀਆਂ ਸੋਲਵ ਹੋਈਆਂ ਕਿ ਨਹੀਂ ਹੋਈਆਂ, ਸੋ ਦੈਟ ਯੂ ਨੋ ਵੀ ਕੈਨ ਸਟਾਰਟ। ਐਨੀਵੇ, ਸੋ ਦ ਨੈਕਸਟ ਕੁਐਸਚਨ is Jujhar ka hai, that although I got my AIP, thank you for your services. Now my question is, I am already done with biometrics and medical, but nothing has been updated in my GCP account. So second stage, will they check my accessibility again, or only medical and biometric and PCC is part of stage 2? Jujhar, agar tuhadi biometrics, agar tuhadi complete file submit ho gayi sidhi and all those things were updated, then they should not ask for it again. Please remember, eh zaruri nahi hai ki unhone mangna hi mangna hai, je tuhada you know sara kuch sari information update ho chuki hui hai, they you know they will straight away request for your passport, aur passport request udo hoega jadon VFS khullega, VFS khullan to baad your passports will be requested. So you will be able to do that. Agar tuhada biometric ho chuka hoya hai, then you know you don't need to worry about it. Agar medical or PCC ho chuka hoya hai, hello, it will all be done. Hello, hello sir. Sir, main Jujhar bol raha si. Ji. Sir, actually mera like refusal case hi ga. Sir, mera biometric and the medical da hoya hai. ਬਟ ਸਰ ਮੇਰਾ ਕੁਐਸਚਨ ਇਹ ਸੀਗਾ ਵੀ ਮੇਰੇ ਜੀਸੀ ਕੀ ਵਿੱਚ ਨਾ ਕੁਛ ਵੀ ਅਪਡੇਟ ਨਹੀਂ ਹੋਇਆ, ਲਾਈਕ ਮੇਰੀ ਐਲੀਜੀਬਿਲਟੀ ਦੇਖ ਕੇ ਮੈਨੂੰ ਏਪੀ ਮਿਲਿਆ, ਬਟ ਮੇਰੀ ਐਲੀਜੀਬਿਲਟੀ ਅਪਡੇਟ ਹੋਈ। ਯੂ ਨੋ ਜੁਜਾਰ, ਦੈਟ ਇਜ਼ ਨਾਟ ਸ਼ੋਨ ਇਨ ਦੈਟ, ਯੂ ਨੋ, ਅਗਰ ਤੁਹਾਡਾ ਪਹਿਲਾ ਅਗਰ ਰਿਫਿਊਜ਼ਲ ਸੀ, ਹੁਣ ਤੁਹਾਡਾ ਵੀਜ਼ਾ ਲੱਗ ਗਿਆ ਹੈ, ਤੋ ਦੈਟ ਬਾਇਓਮੈਟ੍ਰਿਕ ਸਟੇਜ਼ ਇਨ ਦਾ ਸਿਸਟਮ ਫਾਰ 2 ਇਅਰਸ, ਇਟ ਇਜ਼ ਵੈਲਿਡ ਫਾਰ ਦੈਟ ਲੌਂਗ, ਸੋ ਇਸ ਕਰਕੇ ਤੁਹਾਨੂੰ ਉਹ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ, ਜਦੋਂ ਕਿਉਂਕਿ ਹੁਣ ਸਿੰਸ ਪਾਸਪੋਰਟ ਰਿਕੁਐਸਟ ਨਹੀਂ ਹੋ ਰਹੀਆਂ ਹੈ, VFS ਖੁੱਲੀ ਨਹੀਂ ਹੋਈ ਹੈ,
ਤੇ ਇਸ ਕਰਕੇ ਯੂ ਵਿਲ ਨਾਟ ਬੀ ਰਿਕੁਐਸਟਡ ਫਾਰ ਦਾ ਪਾਸਪੋਰਟ ਸਬਮਿਸ਼ਨ ਇਸ ਕਰਕੇ ਤੁਹਾਡਾ AIP ਆਇਆ ਹੋਏਗਾ ਸੈਕਿੰਡ ਸਟੇਜ ਵਿੱਚ ਤੁਹਾਡੇ ਤੋਂ ਮੋਸਟ ਲਾਈਕਲੀ ਕੁਛ ਨਹੀਂ ਮੰਗਿਆ ਜਾਏਗਾ ਸਿੱਧਾ ਪਾਸਪੋਰਟ ਸਬਮਿਸ਼ਨ ਕਿਹਾ ਜਾਏਗਾ ਜਾਂ ਵੱਧ ਤੋਂ ਵੱਧ ਮੈਡੀਕਲ ਮੰਗਿਆ ਜਾ ਸਕਦਾ ਹੈ ਕਿਉਂਕਿ ਮੈਡੀਕਲ ਦੀ ਵੈਲਿਡਿਟੀ ਐਕਸਪਾਇਰ ਹੋ ਸਕਦੀ ਹੈ ਉਦੋਂ ਤੱਕ ਹਾਂਜੀ ਸਰ ਮੇਰਾ ਲਾਈਕ ਐਲੀਜੀਬਿਲਟੀ ਵੀ ਨਹੀਂ ਅਪਡੇਟ ਹੋਈ ਤਾਂ ਉਹ ਦੁਬਾਰਾ ਤਾਂ ਨਹੀਂ ਮੰਗਦੇ ਨਾ ਐਲੀਜੀਬਿਲਟੀ ਨਹੀਂ ਬਿਲਕੁਲ ਨਹੀਂ ਮੰਗਦੇ ਆ ਪਰ ਤੁਸੀਂ ਤਾਂ ਵੀ ਅਗਰ ਯੂ ਨੋ ਅਗਰ ਤੁਸੀਂ ਆਪਣਾ ਨਾਮ ਔਰ ਕੰਟੈਕਟ ਨੰਬਰ ਪਾ ਦੂੰਗੇ ਜੁਝਾਰ ਮੈਂ ਫਾਈਲਿੰਗ ਨੂੰ ਕਹੂੰਗਾ ਕਿ ਤੁਹਾਨੂੰ ਹੁਣੀ ਕਾਲ ਕਰ ਲੈਣ ਔਰ ਇੱਕ ਵਾਰੀ ਤੁਹਾਡੀ DCT ਤੁਹਾਡੇ ਨਾਲ ਇੱਕ ਵਾਰੀ ਐਕਸੈਸ ਕਰ ਲੈਣ ਸ਼ੋਰ ਸਰ ਮੈਂ ਹੁਣੀ ਕਰ ਦਿੰਦਾ ਆਪਣਾ ਨਾਮ ਔਰ ਕੰਟੈਕਟ ਨੰਬਰ ਪਾ ਦੇਣਾ ਸੁਨੀਲ ਪਲੀਜ਼ ਇਨਸ਼ੋਰ ਜੁਝਾਰ ਦਾ ਨਾਮ ਔਰ ਕੰਟੈਕਟ ਨੰਬਰ ਸੰਜੋਗ ਨੂੰ ਫਾਈਲਿੰਗ ਦੇ ਵਿੱਚ ਦੇ ਦਿੱਤਾ ਜਾਵੇ ਔਰ ਕਿਹਾ ਜਾਵੇ ਕਿ ਹੁਣੀ ਕਾਲ ਕਰਨ ਔਰ ਇਹਦਾ GCT ਨਾਲ ਦੀ ਨਾਲ ਚੈੱਕ ਕਰਨ Right, sir. Sure, sir. I'm just going to share the number of Jujar Singh to Sanjog right away. Harmandeep Singh, Niagara College. Harmandeep, ek second, let me call you. What query do you have? Harmandeep, hi, I'm Bablur. Sat Shri Akal, you gave your number. Can you tell me what is the concern and what is your query? Ji. Congratulations. ਤਾਂ ਤੁਹਾਨੂੰ ਈਮੇਲ ਆਉਂਦੀ ਹੈ ਤੁਸੀਂ ਆਪਣਾ ਈਮੇਲ ਚੈੱਕ ਕੀਤਾ ਹੈ ਤੁਹਾਡਾ ਨਿਆਗਰਾ ਦੇ ਲਿੰਕ ਲਈ ਤਾਂ ਤੁਹਾਨੂੰ ਪਿਰਾਮਿਡ ਵੱਲੋਂ ਕੋਈ ਕਾਲ ਆਇਆ ਹੋਵੇ ਇਹਦੀ ਇਨਫੋਰਮੇਸ਼ਨ ਲਈ ਕਿਹੜੀ ਬ੍ਰਾਂਚ ਕਿਹੜੀ ਤੁਹਾਡੀ ਓਕੇ ਔਰ ਓਰੀਐਂਟੇਸ਼ਨ ਦਾ ਲਿੰਕ ਸੀਗਾ ਹਾਂ ਤਾਂ ਉਸ ਮੇਲ ਦੇ ਵਿੱਚ ਹੀ ਬੇਟਾ ਅਗਰ ਤੁਸੀਂ ਪ੍ਰੋਸੈਸ ਸਟਾਰਟ ਕਰੋਗੇ ਤੇ ਉਸ ਮੇਲ ਦੇ ਵਿੱਚ ਹੀ ਤਾਂ ਲਿੰਕ ਹੈ ਔਰ ਸਾਰੀ ਇਨਫੋਰਮੇਸ਼ਨ ਹੈ ਇੱਕ ਸੈਕਿੰਡ ਬੇਟਾ ਹੋਲਡ ਕਰ ਪੂਜਾ ਤੁਸੀਂ ਕਾਇੰਡ ਹਰਮਨਦੀਪ ਦਾ ਨਿਆਗਰਾ ਕਾਲਜ ਹੈ ਆਈ ਵਾਸ ਬੀਂਗ ਟੋਲਡ ਕਿ ਨਿਆਗਰਾ ਦੇ ਸਾਰੇ ਬੱਚੇ ਨਾਲ ਗੱਲ ਹੋ ਚੁੱਕੀ ਹੋਈ ਹੈ ਬੱਚੇ ਨੂੰ ਇਹਨੂੰ ਇਹਨੂੰ ਈਮੇਲ ਤਾਂ ਆਈ ਹੋਈ ਹੈ ਬਟ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਕਿੱਦਾਂ ਰਜਿਸਟ੍ਰੇਸ਼ਨ ਕਰਵਾਉਣੀ ਹੈ ਓਰੀਐਂਟੇਸ਼ਨ ਔਰ ਕਲਾਸਿਸ ਕਿੱਦਾਂ ਸਟਾਰਟ ਕਰਨੀ ਹੈ ਤੇ ਪਲੀਜ਼ ਇਹਨਾਂ ਨਾਲ ਹਾਂਜੀ ਇਹਨਾਂ ਨਾਲ ਸਟਾਰਟ ਕਰਕੇ ਓਰੀਐਂਟੇਸ਼ਨ ਤਾਂ ਹੁਣ ਲੰਘ ਗਈ ਹੈ ਇਹਨਾਂ ਨੂੰ ਜਿਹੜਾ ਜ਼ੂਮ ID ਪਾਸਵਰਡ ਹੈ ਉਹ ਦੇਖ ਲਓ ਨਿਆਗਰਾ ਕਾਲਜ ਨੂੰ ਇਨਫੋਰਮੇਸ਼ਨ ਇਹਨਾਂ ਦੀ ਜਾ ਚੁੱਕੀ ਕਲਾਸਿਸ ਸਟਾਰਟ ਹੋਣ ਦੀ ਇੱਕ ਵਾਰੀ ਉਹ ਚੈੱਕ ਕਰਕੇ ਪਲੀਜ਼ ਗੈਟ ਬੈਕ ਠੀਕ ਹੈ ਹਰਮਨਦੀਪ ਆਈਲ ਪਰਸਨਲੀ ਕੰਟੈਕਟ ਯੂ ਅਗੇਨ ਤੁਸੀਂ ਇੱਕ ਵਾਰੀ ਮੈਡਮ ਨਾਲ ਪੂਜਾ ਮੈਮ ਦਾ ਤੁਹਾਨੂੰ ਫੋਨ ਆਏਗਾ ਤੇ ਤੁਸੀਂ ਇਹ ਗੱਲ ਕਰਕੇ ਇੱਕ ਵਾਰੀ ਆਪਣੀ ਇਨਫੋਰਮੇਸ਼ਨ ਸਟਾਰਟ ਕਰ ਸਕਦੇ ਹੋ ਵੈਸੇ ਉਸ ਈਮੇਲ ਦੇ ਵਿੱਚ ਸਾਰਾ ਕੁਝ ਹੈਗਾ ਪਰ ਤਾਂ ਵੀ ਆਪਾਂ ਇੱਕ ਵਾਰੀ ਦੁਬਾਰਾ ਤੋਂ ਤੁਹਾਨੂੰ ਕਾਲ ਕਰਕੇ ਵੀ ਵਿਲ ਵਾਕ ਯੂ ਥਰੂ ਤਾਂ ਕਿ ਤੁਹਾਡੀ ਰਜਿਸਟ੍ਰੇਸ਼ਨ ਔਰ ਤੁਹਾਡੀ ਆਨਲਾਈਨ ਕਲਾਸਿਸ ਦੀ ਇਨਫੋਰਮੇਸ਼ਨ ਤੁਹਾਨੂੰ ਮਿਲ ਸਕੇ ਰਾਈਟ ਐਨੀਥਿੰਗ ਐਲਸ ਵਿਸ਼ ਯੂ ਆਲ ਦਾ ਵੈਰੀ ਬੈਸਟ ਕੰਗ੍ਰੈਚੁਲੇਸ਼ਨਸ ਜੁਜਾਰ ਕੈਨ ਯੂ ਪਲੀਜ਼ ਰਿਪੀਟ ਯੂਰ ਨੰਬਰ ਵਾਂਸ ਅਗੇਨ ਬਿਕਾਜ਼ ਆਈ ਐਮ ਟ੍ਰਾਈਂਗ ਟੂ ਟੇਕ ਇਟ ਫਰਮ ਦਾ ਚੈਟ ਬਾਕਸ ਬਟ ਆਮ ਨਾਟ ਏਬਲ ਟੂ ਗੈਟ ਇਟ ਫਰਮ ਦੇਅਰ ਕੈਨ ਯੂ ਪਲੀਜ਼ ਗਿਵ ਮੀ ਯੂਰ ਨੰਬਰ ਜੁਜਾਰ Yes, yes, sir. So it's 97. Yeah. 838. Yeah. 86000. Thank you so very much. You'll get a call from our filing department within 5 minutes. Thank you, Jujar. Okay, sir. Lovpreet is saying we need new LOA because Purani te 8 September si start classing, but now Lambton College is starting classes on 14th of September. Lovpreet, agar te tuhadi AIP aayi hai, te You don't need to get a new LOA because you can start your classes online. You will need a support letter when you are to travel. Travel currently hai jehdiyan start dates hundiyan hai important hundiyan hai but agar tusi travel nahi kar rahe ho te tusi apni classes start kar sakde ho jadon travel karna hoega odon support letter with new dates apan mangwa lawange but still I will ask my team to update you with the you know update you and college with a new letter but tusi apni classes start kar sakde ho nobody is stopping you to start your classes with Lambton College on 14th of September all right Canador College da Veerpal puch rahi hai ki ki refund policy hai Canador College ne bahut clear karta hai ki Canador College second stage vich refund dega to tusi bagair kisi stress de tension de apni Canador College vich classes laga sakde ho you know and you will agar second stage vich refusal aa jandi hai you will be able to get your full refund. Guys, again, I would like to reiterate, two stages hai. Pehli stage hai eligibility, dusri admissibility. Dekho, agar tade, agar PCC ya medical koi problem aandi hai, tahi kam rukuga, waise nahi rukda. You know, so is karke, enna stress na lavo second stage da. Aur agar medical koi problem aajandi hai, te I am very, very sure, jo apa webinar attend ki te, IRCC de, embassies de, wo hai, keh rahe hai ki apa bachyaan de naal, ਯੂ ਨੋ ਵਰਕ ਕਰਾਂਗੇ ਤਾਂ ਕਿ ਅਗਰ ਕੋਈ ਡਿਲੇ ਹੁੰਦਾ ਵੀ ਹੈ ਤੇ ਉਹ ਬੱਚਿਆਂ ਦਾ ਆਪਾਂ ਡਿਲੇ ਯੂ ਨੋ ਐਕਸਟੈਂਡ ਕਰਦੇ ਰਹੀਏ ਟਾਈਮਲਾਈਨ ਐਕਸਟੈਂਡ ਕਰਦੇ ਰਹੀਏ ਸੋ ਯੂ ਡੋਨਟ ਹੈਵ ਟੂ ਵਰੀ ਟੂ ਮਚ ਅਬਾਊਟ ਇਟ ਹਾਊ ਟੂ ਅਟੈਂਡ ਆਨਲਾਈਨ ਕਲਾਸਿਸ ਆਈ ਐਮ ਫਰੋਮ ਨਿਆਗਰਾ ਕਾਲਜ ਰਾਜਵੀਰ ਬੇਟਾ ਆਪਣੀ ਆਪਣੀ ਆਪਣਾ ਨੰਬਰ ਕੰਟੈਕਟ ਨੰਬਰ ਦੇ ਸਕਦੇ ਹੋ ਪਲੀਜ਼ ਹਾਂਜੀ ਸਰ ਦਿੰਨੀ ਆਪਣੇ ਚੈਟ ਬਾਕਸ ਵਿੱਚ ਆਪਣਾ ਕੰਟੈਕਟ ਨੰਬਰ ਪਲੀਜ਼ ਹੁਣੀ ਪਾਓ ਓਕੇ
Sunil, can you please ensure that Rajveer is being called by admissions and shared all the information? Hi, sir. I'm from Niagara College, and I would like to tell everyone ki jinka bhi Niagara College ke liye AIP aaya hai, please aap log Blackboard check karte raho through your my NC portal, because wahan pe sara update milta rehta hai. I just started my online classes yesterday, and mujhe koi issues nahi aayi thi because Niagara College se sare emails aate rehte hain, regular basis pe aate hain. एंड आप लोग ई मेल्स में सारे फोल्डर्स चेक करो, प्रमोशंस में भी कभी कभार उनके ई मेल्स पहुंच जाते हैं. सो दैट्स व्हाई हो सकता है आप लोगों ने मिस कर दिया हो. तो वो लोग आपका पूरा ब्रेक डाउन देते हैं कि आप कैसे अपना एनसी पोर्टल सेटअप कर सकते हो, ब्लैक बोर्ड चेक कर सकते हो, एंड एवरी डे ब्लैक बोर्ड पे नजर रखो बिकॉज दे आर अपडेटिंग एवरीथिंग ऑनलाइन नाउ. तो व्हाट्स योर नेम बेटा? त्रिशा. त्रिशा, थैंक यू सो वेरी मच फॉर दिस क्रिटिकल इन्फॉर्मेशन. Yes, sir. मेरे साथ भी same हुआ था, because I was thinking there was no like email from Niagara College, but then I started checking my other folders, updates में and कभी कभार promotions में उनके college के international की तरफ से आए होते emails. Yes, we miss them out. But my NC portal के through सारा सब कुछ पता चल जा रहा है sir. Orientation की भी links उन्होंने बार बार send किए. And it's very crucial to set up your NC email, which is Niagara College ka email as students. That is the student email that they have. So, uska bhi unhone email bheja tha, how to set up, pura guideline bheja hua hai for international students in the email itself. Sare steps likhe hote hain. So, it's gonna be, mujhe koi issue nahi hua. Kal maine, I did my orientation on the 8th and the 9th classes. And Trisha, you've rightly said, see, you guys are going to Canada. You know, now, ਸਾਡੇ ਇੱਥੇ ਹਿੰਦੁਸਤਾਨ ਵਿੱਚ ਆਦਤ ਹੈ ਕਿ ਈਮੇਲ ਨੂੰ ਆਪਾਂ ਫਾਰਮਲ ਕਮਿਊਨੀਕੇਸ਼ਨ ਨਹੀਂ ਸਮਝਦੇ, ਜਦੋਂ ਤੱਕ ਕੋਈ ਕਾਲ ਕਰਕੇ ਸਮਝਾਉਂਦਾ ਨਹੀਂ ਹੈ. ਵੀ ਡੋਂਟ ਯੂ ਨੋ ਟ੍ਰੀਟ ਇਟ ਵੈਰੀ ਸੀਰੀਅਸਲੀ. ਬਟ ਕੈਨੇਡਾ ਵਿੱਚ ਇਹ ਕਿਸੇ ਨੇ ਹੈਂਡ ਹੋਲਡਿੰਗ ਨਹੀਂ ਕਰਨੀ, ਯੂ ਨੋ. ਐਂਡ ਆਈ ਹੈਵ ਪਰਸਨਲੀ ਸੀਨ ਨਾਇਗਰਾ ਕਾਲਜ ਸੈਂਡਿੰਗ ਐਵਰੀ ਇਨਫੋਰਮੇਸ਼ਨ ਔਨ ਈਮੇਲਸ, ਐਂਡ ਯੂ ਹੈਵ ਟੂ ਰੀਡ ਇਟ ਵਿਦ ਪੇਸ਼ੈਂਸ. ਐਂਡ ਜਿਹੜੀ ਜਿਹੜੀ ਅੱਗੇ ਇਨਫੋਰਮੇਸ਼ਨ ਜਾਂ ਲਿੰਕਸ ਦਿੱਤੇ ਹੋਏ ਆ, ਪਲੀਜ਼ ਫੋਲੋ ਦੈਟ. ਐਸ ਤ੍ਰਿਸ਼ਾ ਰਾਈਟਲੀ ਸੈਡ, ਦੈਟ ਕ੍ਰੀਏਟ your you know NC Niagara College di apni email create karo, taki you get access to all the information that they are sharing, so that you're not left behind. You know, you will be going to Canada soon, so prepare yourself, you know, early on, so that this will be helpful. Otherwise utthe jaake you will be left behind. So meri ek bas choti si query thi that मैं ये पूछना चाह रही थी कि VFS, I know it's not opening up soon, लेकिन जैसे खुलता है that how to track that कि खुल गया है या नहीं, how are we like getting notified, आपके तरफ से notifications आएंगे? So इतनी eagerly पूरी दुनिया wait कर रही है VFS open this time पे करेगा, अगले 15 मिनट के अंदर अंदर आप तक information पहुंच जाएगी. हमारी जो ये agent community इतनी strong है, 5,000 you know Facebook sessions ho chuke honge, akhbaron mein aa chuka hoga, so you don't have to worry about it. But still, you know, we would also let you know that the VFS has opened up. Plus at the same time, remember when VFS would open, there are going to be two things that would happen. IRCC will start asking for additional documentation, per se aapki biometric ke liye aapko request aa jayegi, aapke medical PCC submission ke liye aapko request aa jayegi. Agar wo aap already submit kar chuke ho, तो आपकी पासपोर्ट सबमिशन के लिए आपको रिक्वेस्ट आ जाएगी. सो यू नीड टू चेक योर ईमेल आईडी फॉर आईआरसीसी अपडेट एज वेल, यू नो. सो इट्स वेरी वेरी इंपॉर्टेंट गाइस, प्लीज डू नॉट शेयर योर ईमेल आईडी विद योर फ्रेंड्स और रिलेटिव्स. कि चल कोई ना भाई, तू मेरी ईमेल आईडी चेक करके दसदा रहे, मैं ते बड़ा कूल हां. यू नो, कूल दे चक्कर में अगर तुम्हारा पासवर्ड किसी ने चेंज करता, देन यू विल मिस आउट ऑल दैट इंफॉर्मेशन. सो प्लीज डोंट डू दैट. Please take all these things very, very seriously. We can also support you or facilitate you to one extent. You know, agar koi email ID change ho jave, koi, you know, hack ho jave, ya koi tadi emails delete ho jan, then we will also not be able to help you. Please understand. So, you know, make sure that you are accessing your portals, make sure that you are checking your emails, so that you are privy to all the information that is being shared with you. But nevertheless, if you still do not have it, we are always there to, you know, support you and help you with that. Manjot is saying that Humber College ki classes start 8 September to see, but mainu mail nahi mili. Manjot, can you please share your it's not possible Manjot ki mail na aayi hove, please jump with check karo.
एंड अपना कॉन्टैक्ट नंबर मनजोत एक बार प्लीज शेयर करो. आई विल टेल माई एडमिशंस टू गिव यू अ कॉल राइट अवे. या सो एक्चुअली आई हैव अ वेरी स्पेसिफिक डाउट. I have got my AIP on a particular passport, जिसमें जो address है which is different than my current address, मतलब मैंने shifting करी थी बीच में. So I wasn't guided earlier कि can I apply for a address change on my passport now, और मैं complete visa आने का wait करूँ. So आपकी जो passport है वो उसकी validity क्या है जिसपे आपका visa? So validity तो काफी है, मतलब it's valid for more 7-8 years now. So do you have access to that address? Yes sir, I no that was a rented address. I mean I still have the person's contact number and everything. But I can't trust them with, you know, documents and everything. If वो घर पे जाएगा, they'll not provide me something like that, है ना? So I was hoping कि मैं change कर पाऊँ, but then ये visa का चक्कर हो गया and yeah. So Trisha, we can always go ahead and update that information in our GCP account that this is our current address, so that is not a problem. I would suggest that you do it now, alright? Because अभी आपका पासपोर्ट स्टैम्प होके नहीं आया है, ना ही अभी आपसे मांगा गया है, so we can always get our, you know, contact information updated. So if you would give me your contact number, leave it on the, you know, I would ask my, I will leave my contact number here. Yeah, so leave your contact number, or you know, I'm sure आपकी branch कौन सी है, we can also give you a call, whatever you want. Sir, Delhi branch है. I was in talks with Tariq. I will tell you know the filing department to give you a call immediately. Definitely, thank you, sir. But it's very much possible. You should update your address rather than if you don't have an access to your previous address, you should update your address with the VFS with the embassy. You know, as well as with the VFS, there is a process to do it, and we will guide you through that how to do it. All right, Trisha, I'm just forwarding your number. Sanjog, I am going to be forwarding you a student's number. She's from Delhi branch. Are you in the chat? So once you are done with Jujar, you need to speak with Trisha. Trisha wants to get her address updated, both at the VFS and the embassy, so that her passport is being delivered to the new address. All right, please give her a call and check the information and please provide it to her. If you still would have any doubt, feel free to consult her. All right, Trisha, that has been taken care of. We'll be contacting you. Hello, sir. As I got AIP and 2 days before, and I am from Alexander College. So what about its refund policy? So Alexander College will refund your fees if you are refused in second stage. Alexander College is also offering a $500 bursary. Tanu scholarship bhi de rahe hai Alexander College wale. Or second stage, which agar refusal aa jandi hai, ta refund bhi kar rahe hai. So you can definitely start your classes online. But sir, my counselor said that they can't refund your tuition fee. Sunil, Pooja. Yes, Ashdeep, can you please specify the branch? Jahan se aapka case process hua hai? Sunil, I might be wrong. Can you please check with the policy once again? Because कई बार चीज यू डोंट रिमेम्बर बाय हार्ट, कैन यू चेक इट एंड कंफर्म? सो आई डू वन थिंग, अर्शप्रीत, कैन यू प्लीज लीव योर नंबर, आई विल कॉल यू बैक ऑन द नंबर एंड आई विल एक्सप्लेन यू द एंटायर पॉलिसी, बिकॉज़ अलेक्जेंडर इज रिफंडेबल, देयर इज नो डिडक्शन. या एंड सर, आल्सो आई हैव अनदर क्वेरी. टेल मी मैम, प्लीज. एक्चुअली माय आईएलटीएस स्कोर एक्सपायर्ड, so I have to do IELTS again before second approval. Ashpreet, your eligibility stage has been cleared. Bachche, you don't have to do your IELTS again. Don't worry. Okay. Thank you, sir. Yeah. Right. No, but मैं फिर suggest करता हूँ क्योंकि तुसी कनाडा जा रहे हो और तुम्हारे को टाइम हैगा. मैं फिर यही suggest करता हूँ कि तुसी please अपनी IELTS exam दे दो, because you will be requiring your IELTS certificate while you are in Canada. All right. Okay, so, Ashpreet, Sunil, can you please give her a call and email her the refund policy of Alexander College? Yes, Ashpreet, आपका लुधियाना से नीलम देख रही है ना, किस नीलम मैम? Yes, sir, नीलम मैम. Okay. Please email, call her up right now and email her the refund policy. You don't have to worry, second stage refund है. You know, I think कोई miscommunication हुई होगी. Tuition fees is refunded. Admission fees जो है $250 होता है, पता नहीं $350 होता है. वो refunded नहीं है, but tuition fees is refunded. Okay, sir. Okay. Ashpreet, I'm just gonna call you. Kindly pick my number, huh? Okay. Hello, sir. I received my AIP on 4th September. जी मैम. My orientation's on 28 August from Canada College.
मैम 28 सितंबर को क्लासेस स्टार्ट हो रही है, अभी बहुत टाइम है। नहीं सर, मेरी 28 अगस्त को ओरिएंटेशन थी, मेरा एआईपी नहीं आया था, सो मैम ने कहा डेफरमेंट पा देते हैं। डेफरमेंट हो चुकी थी, अप्रूव्ड हो चुकी है, तो एआईपी मुझे 4th को आ गया था। कांग्रेचुलेशंस पहले तो मुबारक। थैंक यू सो मच सर। कैनडोर कॉलेज दी जड़ी नवी पॉलिसी आई है, जे ਤੁਹਾਡਾ ਡੈਫਰਲ ਹੋ ਵੀ ਚੁੱਕਾ ਆਇਆ ਹੈ, ਤੁਸੀਂ ਅਗਰ ਕਲਾਸਿਸ ਸਟਾਰਟ ਕਰਨਾ ਚਾਹੁੰਦੇ ਹੋ ਔਰ ਸਾਨੂੰ ਇਹਦੀ ਇੱਕ ਈਮੇਲ ਰਿਕੁਐਸਟ ਭੇਜੋਗੇ ਤੇ ਦੇ ਵਿਲ ਬੀ ਏਬਲ ਟੂ ਐਕਸੈਪਟ ਯੂ ਇਨ ਦਾ ਕਲਾਸਿਸ। ਸੋ ਕੈਨ ਯੂ ਪਲੀਜ਼ ਸ਼ੇਅਰ ਯੋਰ ਨੇਮ ਐਂਡ ਕੰਟੈਕਟ ਨੰਬਰ। ਗੁਰਸਿਮਰਨ ਤੁਹਾਨੂੰ ਹੁਣੀ ਕਾਲ ਆ ਰਹੀ ਹੈ। ਐਂਡ ਤੁਸੀਂ ਸਟਾਰਟ ਕਰਨਾ ਚਾਹੁੰਦੇ ਹੋ ਕਲਾਸਿਸ ਆਪਣੀਆਂ? ਹਾਂਜੀ ਹਾਂਜੀ ਸਰ, ਮੈਂ ਆਨਲਾਈਨ ਕਲਾਸਿਸ ਲੈਣਾ ਚਾਹੁੰਦੀ ਹਾਂ। ਠੀਕ ਹੈ, ਗ੍ਰੇਟ, वेरी गुड, थैंक यू सो मच। पूजा, मैंने आपको अभी व्हाट्सएप किया है गुरसिमरन का नंबर, तो इनकी अभी एआईपी रिसेंटली आई है और इनकी डेफरल हो गई थी कैनडोर कॉलेज की, तो कैनडोर कॉलेज आई बिलीव चेंज कर रहा है ना, तो आप अभी गुरसिमरन को प्लीज फोन करेंगे और इनसे जो कंसेंट चाहिए है ईमेल पे लेके आप कैनडोर कॉलेज से रिक्वेस्ट डाल के इनका कल परसों तक एक्टिवेट करवा दीजिएगा ताकि अपनी क्लासेस स्टार्ट करें। और जब हो जाएगा तो एक बार प्लीज मुझे बता दीजिए। हेलो सर, एक्चुअली मेरा रिफ्यूजल केस सिगा ते मेरी बायोमेट्रिक वगैरह सारा कुछ तो होया होया ना, हुन मैं सजप वास्ते मेरी वो एआईपी आ गई हुई है, मतलब मेरी 28 तो क्लासेस आ ना ऑनलाइन, ते पर उन्होंने मतलब मैं पूछया सी वी रिफंड पॉलिसी दा किया, ता उन्होंने मेरे काउंसलर ने ता किया सी कुछ क्लियर नहीं हैगियां रिफंड पॉलिसीज आ जेडियां वो कॉलेज दियां, पर वो ऑनलाइन क्लासेस भी प्रोवाइड नहीं करदे सजप वाले। मेरा ऐसा नहीं है, आई डोंट थिंक सो, व्हाई डोंट नो, कैन यू प्लीज कंफर्म कौन काउंसलर सी, केडी ब्रांच है? जलंधर वाली आ, वो कहंदे भी तुसी अपना कैंपस चेंज कर लो 15 मिनट दी दूरी ते, या तुसी वो वाला कैंपस चूज कर लो जे तुसी ऑनलाइन क्लासेस लेनी आया ता। सजप दा दूसरा कोई कैंपस? हां जी। और पहली गल ता सजप दी रिफंड पॉलिसी हैगी है, you will be entitled for full refund, you don't have to worry about it. Okay beta, tera naam ki hai, what's your name? Navneet Kaur. Sir jo EC ka program hai they are not providing it online. Okay beta, Navneet aapka kaun sa program? So computer software testing ka sir. Computer software so, I believe is delivered online. Aap mere ko beta apna number de do, main aapse baat kar leti. Haan ji, so you will get a call and a refund policy jisse tak hai ki 100% refund hai ਕਿਊਬੈਕ ਦੇ ਸਾਰੇ ਕਾਲਜਸ ਦਾ। ਅਗਰ ਸੈਕੰਡ ਸਟੇਜ ਵਿੱਚ ਤੁਹਾਡੀ ਰਿਫਿਊਜ਼ਲ ਆ ਜਾਂਦੀ ਹੈ, ਤੁਸੀਂ ਗੱਲ ਕਰਕੇ ਆਪਣੀ ਕਲਾਸਸ ਸਟਾਰਟ ਕਰ ਸਕਦੇ ਹੋ। ਐਂਡ ਦੈਨ ਵੀ ਬੋਲਰ ਹੀ ਸੇਇੰਗ ਦੈਟ ਆਈ ਐਮ ਅ ਸਟੂਡੈਂਟ ਆਫ ਕੈਨੇਡਾ ਕਾਲਜ ਕਾਰਗੋ, ਆਈ ਹੈਵ ਡਨ ਵਿਦ ਮਾਈ ਪ੍ਰੀ ਰਜਿਸਟ੍ਰੇਸ਼ਨ ਬਟ ਆਈ ਡਿਡ ਨਾਟ ਰਿਸੀਵ ਦ ਸਕੈਡਿਊਲ ਐਂਡ ਆਮ ਆਲਸੋ ਡ੍ਰੌਪਡ ਅ ਮੇਲ ਟੂ ਕਾਲਜ ਰਿਗਾਰਡਿੰਗ ਸਕੈਡਿਊਲ ਦੈਨ ਦੇ ਮੈਂਸ਼ਨ ਦ ਵੈਬੀਨਾਰ ਦ ਵੈਬ ਰਜਿਸਟ੍ਰੇਸ਼ਨ ਇਜ਼ ਪੈਂਡਿੰਗ ਹੋ ਸਕਦਾ ਹੈ ਸਰ ਪਲੀਜ਼ ਕਨਫਰਮ ਮੀ। ਪੁੱਲਰ ਸਾਹਿਬ ਹੈਗੇ ਹੋ ਇਸ ਵੇਲੇ ਲਾਈਨ ਤੇ? ਤੁਸੀਂ ਆਪਣਾ ਨੰਬਰ ਦੇ ਦਿੱਤਾ, ਵੀ ਵਿਲ ਬੀ ਕੰਟੈਕਟਿੰਗ ਯੂ ਐਂਡ ਵੀ ਵਿਲ ਗਿਵ ਯੂ ਦੈਟ ਇਨਫੋਰਮੇਸ਼ਨ, ਯੂ ਨੋ ਵੀ ਹੈਵ ਯੂਰ ਨੰਬਰ ਐਂਡ ਯੂ ਨੋ ਡੈਫੀਨੇਟਲੀ ਯੂ ਵਿਲ ਬੀ ਏਬਲ ਟੂ ਗੈਟ ਯੂਰ ਸਕੈਡਿਊਲ। ਪਰ ਆਪਣੀ ਈਮੇਲ ਚੈੱਕ ਕਰੋ, ਆਪਣੀ ਈਮੇਲ ਦੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਆਈ ਹੋਏਗੀ। ਸਰ ਆਈ ਆਲਰੇਡੀ ਚੈੱਕ ਜੀ, ਸੋ ਇਨਫੋਰਮੇਸ਼ਨ ਤੁਹਾਨੂੰ ਨਹੀਂ ਆਈ ਹੈ? ਨੋ ਸਰ। ਹੈਲੋ, ऑल राइट, ठीक है बेटा, यू विल बी रिसीविंग अ कॉल, वी विल इंश्योर कि ताडी जेडी रजिस्ट्रेशन है वो आज ही हो जावे, सो दैट यू आर एबल टू सी योर स्केड्यूल एंड स्टार्टिंग इन 3rd वीक ऑफ सितंबर, सो यू विल नॉट हैव एनी प्रॉब्लम। यस सर। राइट, तनु उन्हें थोड़ी देर कॉल आ रही है एंड वी विल हेल्प यू विद योर स्केड्यूल। हेलो सर। जी मैम। सर मैं मनजोत बोल रही हूं। सर मैं हंबर कॉलेज बारे पूछना सीगा, क्योंकि ना जिवें मेरा एआईपी 1st सितंबर नु आई सीगी ते मेनू कॉलेज वालों मेल आई सी 14 अगस्त नु कि मतलब लास्ट डेट सीगी डेफरमेंट कर लो जां तुसीं विथड्रॉ कर लो, बिकॉज़ मेरा कोर्स जेड़ा हैगा वो हाइब्रिड है, फिर मेरी एआईपी नहीं सी आई, देन असीं डेफरमेंट पा दी सीगी, ते फिर डेफरमेंट विच सर मेरी वेट लिस्ट आया, ऑफर लेटर नहीं आया। मतलब हंबर कॉलेज इज लिटिल स्ट्रिक्ट ऑन हिज डेडलाइंस, I will ensure ki toda January waste jada wait list hai oh tanu offer mil jave, so that you are able to start it, but we will also request the college ki agar September vich tanu adjust kar sakde hai, mainu apna contact number dena please. Sir, I'll follow up with Pooja for this case sir, I'll speak to Pooja, I have written the number. To inka jo homework ka hai na jo course ye bol rahe January ke liye, inko na hua kya tha ki डेडलाइन आ गई थी तो इन्होंने बाद में क्या किया कि डेफर कर लिया, बट डेफर के बाद वो जनवरी में कोर्स है वेट लिस्टेड, बट विल श्योरली मार्क एन ईमेल टू
कैलम डायरेक्टली या स्टूडेंट ऑलरेडी इन प्रोसेस है तो काइंडली अलॉट वन सीट. मैं ये सर इंश्योर करता हूँ कि इसकी ईमेल भी चली जाए एंड विल स्पीक टू हम्बर टुडे इटसेल्फ. आई हैव रिटन दिस इंक्वायरी सर. मंजोत यू विल गेट अ कॉल फ्रॉम हर. सो मेक श्योर दैट पूजा gets this information, Sunil and Manjot, you know, if you don't get this information, please feel free to contact and, you know, but I will personally follow up and aapka aaj mein we'll be able to contact the college and by tomorrow we'll be able to get some information about your case from Amba College ki tari September which classes start ho jan, but jo September start nahi hon gaya, jada program wait list which hai, I can assure you that January which tanu oh program apa confirm karwa dwange ya similar related program confirm karwa dwange so that you can start your classes in January. All right. Okay, sir. And guys, okay, I had put my number in the chat box. My name is Sunil. I put my official number in the chat box. अगर आपका कोई भी इंक्वायरी बाद में आपको जो हमने टाइमलाइन दी है नहीं कोई प्रॉब्लम आ रही है तो काइंडली प्लीज कॉल मी डायरेक्टली आफ्टर दिस सेशन. पूजा काइंडली आप भी अपना नंबर ऑफिशियल प्लीज ग्रुप में डालिए. पूजा ओके सर अपना कॉन्टैक्ट नंबर ग्रुप में डालिए. गाइज पूजा मैडम एडमिशंस में है तो अगर आपको कोई प्रॉब्लम आती है तो यू कैन कॉल पूजा मैडम ऑल्सो और सुनील सर. आज जो हम डिस्कशन कर रहे हैं अगर आपको उसका सोल्यूशन नहीं मिलता आप पूजा मैम और सुनील सर को कॉल कर सकते हैं. मैं कल फिर अवेलेबल हूंगा. आई टॉक टू यू गाइज एवरी डे ताकि वी आर एबल टू फाइंड अ सोल्यूशन एंड ऑल ऑफ यू कैन गेट योर आंसर ऑफ योर क्वेरीज. राइट. हेलो हेलो सर. Yes, जी सर सत श्री अकाल. सत श्री अकाल रूपे. हाँ जी सर मेरी AIP आई सी पिछले दिन. ਵਧੀਆ ਦਿਖ ਰਿਹਾ ਕਨੈਕਸ਼ਨ ਤਾਂ ਬਿਲਕੁਲ ਪੂਰਾ ਕੈਮ ਘੰਟਮ ਕਰ ਰਿਹਾ. ਹਾਂਜੀ ਸਰ ਹੁਣ ਪ੍ਰੋਬਲਮ ਕੀ ਫਿਰ ਕਨੈਕਸ਼ਨ ਨੂੰ. ਨਹੀਂ ਨਹੀਂ ਉਹ ਤਾਂ ਠੀਕ ਹੈ ਸਰ ਮਤਲਬ ਹੁਣ ਕਈ ਵਾਰੀ ਵਿੱਚ ਪ੍ਰੋਬਲਮ ਆਈ ਹੈ ਕਾਫੀ ਤਰ੍ਹਾਂ ਤੇ ਬਾਕੀ ਸਰ ਵੈਸੇ ਵੀ ਮਤਲਬ ਮੈਂ ਜਨਵਰੀ ਇਨਟੇਕ ਕਰਵਾਉਣਾ ਸੀਗਾ ਤੇ ਜ਼ਿਆਦਾਤਰ ਕਲਾਸਾਂ ਤਾਂ ਵੈਸੇ ਵੀ ਰਿਕਾਰਡਡ ਹੀ ਹੈ. ਜ਼ਿਆਦਾਤਰ ਕਲਾਸਾਂ ਤਾਂ ਵੈਸੇ ਵੀ ਰਿਕਾਰਡਡ ਹੈ. ਕਾਲਜ ਕਿਹੜਾ? ਮੈਟ੍ਰਿਕਸ ਕਾਲਜ ਸਰ ਮੌਂਟਰੀਅਲ. ਤੇ ਵੈਸੇ ਵੀ ਤੇ ਸੈਕਿੰਡ ਸਟੇਜ ਤੇ ਰਿਫੰਡ ਹੈਗਾ ਹੀ ਹੈ ਜੇ ਉਹ ਡਾਊਟ ਹੈਗਾ ਤੇ ਕਲਾਸਾਂ ਵਿੱਚ ਜ਼ਿਆਦਾਤਰ ਰਿਕਾਰਡਡ ਸੈਸ਼ਨ ਹੈਗੇ ਆ ਤੇ ਜੇ ਤੂੰ ਇੱਥੇ ਸ਼ੁਰੂ ਕਰ ਸਕਦਾ ਤੇ ਕਿਉਂ ਸਫਰ ਕਰਨਾ ਚਾਹੁੰਦਾ ਸੈਕਿੰਡ ਸਟੇਜ ਵਿੱਚ ਵੀ ਹੈਲਪ ਮਿਲੂਗੀ. ਸਰ ਫਿਰ ਇਦਾਂ ਨਾ ਜੇ ਮਤਲਬ ਮੈਂ ਮੇਰੇ ਇਥੋਂ ਲੁਧਿਆਣੇ ਤੋਂ ਮੈਂ ਕਾਉਂਸਲਰ ਸਲੋਨੀ ਮੈਮ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਜੇ ਮਤਲਬ ਜਾਂ ਤਾਂ ਮੈਨੂੰ ਡੈਫਰਮੈਂਟ ਦਾ ਕਲੀਅਰ ਕਰਕੇ ਦੇ ਦਿਓ ਵੀ ਜਨਵਰੀ ਦੀ ਜੇ ਡੈਫਰਮੈਂਟ ਹੁੰਦੀ ਆ ਨਾ ਤੇ ਜੇ ਮਤਲਬ ਨਹੀਂ ਹੁੰਦੀ ਤਾਂ ਮੈਨੂੰ ਵੀ ਕਲਾਸ ਕਿੱਦਾਂ ਲੱਗਣੀਆਂ ਨੇ ਜਾਂ ਕਿਹੜੀ ਆਈਡੀਆ ਉਹ ਮੈਨੂੰ ਜਾਂ ਫਿਰ ਮਤਲਬ ਉਹ ਕਲਾਸਸ ਦਾ ਕਰਕੇ ਦੇ ਦਿਓ. ਗੁਰਪ੍ਰੀਤ ਮੈਂ ਆਪਣਾ ਨੰਬਰ ਦੇ ਵਰੀ ਮੈਂ ਤੁਹਾਨੂੰ ਹੁਣੀ ਕਾਲ ਕਰਵਾ ਰਿਹਾ ਐਂਡ ਵੀ ਵਿਲ ਐਕਸਪਲੇਨ ਯੂ ਐਵਰੀਥਿੰਗ ਇਨ ਡਿਟੇਲ ਇਨ ਡੈਪਥ. ਓਕੇ ਸਰ. ਬਿਟ ਸੋ ਵੀ ਵਿਲ ਗਿਵ ਯੂ ਅ ਕਾਲ ਐਂਡ ਅਗਰ ਤੂੰ ਡੈਫਰਲ ਕਰਵਾਉਣਾ ਚਾਹੁੰਦਾ ਹੋਏਗਾ ਤਾਂ ਜੀ ਸਦਕੇ ਕੋਈ ਗੱਲ ਨਹੀਂ ਹੈ ਬਟ ਮੇਰੀ ਐਜ਼ ਅ ਸੁਜੈਸ਼ਨ ਨਾਟ ਐਜ਼ ਅ ਕੰਸਲਟੈਂਟ ਬਟ ਯੂ ਨੋ ਐਜ਼ ਸਮਬਡੀ ਹੂ ਨੋਜ਼ ਦਿਸ ਯੂ ਨੋ ਇੰਟਾਇਰ ਥਿੰਗ ਇਸ ਕੀ ਆਪਣਾ ਫਸਟ ਸਟੇਜ ਸਟਾਰਟ ਕਰ ਤਾਂ ਕਿ ਸੈਕਿੰਡ ਸਟੇਜ ਆ ਸਕੇ ਕਿਉਂਕਿ ਇਹ ਪੁੱਛਿਆ ਜਾ ਸਕਦਾ ਹੈ ਕਿ ਤੁਹਾਡਾ ਯੂ ਨੋ ਫਸਟ ਸਟੇਜ ਤੁਸੀਂ ਸ਼ੁਰੂ ਕੀਤਾ ਔਰ ਅਗਰ ਨਹੀਂ ਕੀਤਾ ਤਾਂ ਕਿਉਂ ਨਹੀਂ ਕੀਤਾ. ਆਲ ਰਾਈਟ Sunil, so to be Aneta hai, Gurpreet, Sunil, so please make sure that Gurpreet is being called and Saloni, the student has to make sure that... Gurpreet, what institute is in Canada? Kis college da AIP hai toda? Matrix College, Montreal, sir. So Matrix ki to policy bhi risk-free education hai, to uska to deduction bhi nahi hai. You can start your online classes here. हेलो गुड आफ्टरनून सर. जी गुड आफ्टरनून सर. मैं कैनेडा और कॉलेज लिए अप्लाई किया होया सर. मेरी AIP भी आ गई 2 सितंबर में पर सर मेनू कॉलेज ने अगस्त 7 नु मेल पाई सी कि थोड़ा कोर्स है जेड़ा फॉल इनटेक लिए कैंसिल हो गया.
ਜੁਗਰਾਜ ਸਿੰਘ ਕੀ ਕੁਐਰੀ ਕੀ ਹੈ ਕਿ ਤੁਸੀਂ ਕੈਨੇਡਾ ਤੋਂ ਤੁਹਾਡਾ ਪ੍ਰੋਗਰਾਮ ਸਸਪੈਂਡ ਹੋ ਗਿਆ ਹਾਂ ਜੀ ਉਹ ਕੈਨਸਲ ਹੋ ਗਿਆ ਸੀਗਾ ਸਿਵਲ ਇੰਜੀਨੀਅਰਿੰਗ ਟੈਕਨੀਸ਼ੀਅਨ ਪ੍ਰੋਗਰਾਮ ਆ ਮੇਰਾ ਸਰ ਯੁਵਰਾਜ ਤੈਨੂੰ ਮਕੈਨੀਕਲ ਇੰਜੀਨੀਅਰਿੰਗ ਮੈਂ ਆਫਰ ਕਰਵਾ ਚੁੱਕਾ ਹੈ ਤੇਰੇ ਪਾਪਾ ਨਾਲ ਮੇਰੀ ਮੁਲਾਕਾਤ ਤੁਸੀਂ ਆਪਣੇ ਤੁਹਾਡੇ ਫਾਦਰ ਸਾਹਿਬ ਪੁਲਿਸ ਮੁਲਾਜ਼ਮ ਹੈਗੇ ਨੇ ਲੁਧਿਆਣੇ ਵਿੱਚ ਹਾਂਜੀ ਹਾਂਜੀ ਮੈਂ ਤੁਹਾਡੇ ਫਾਦਰ ਸਾਹਿਬ ਨਾਲ ਪਰਸਨਲੀ ਮਿਲ ਚੁੱਕਾ ਹੈ ਸਿਵਲ ਇੰਜੀਨੀਅਰਿੰਗ ਮੈਂ ਬਹੁਤ ਟਰਾਈ ਕੀਤਾ ਮੇਰੇ ਵੀਰ ਨਹੀਂ ਪੋਸੀਬਲ ਹੋਇਆ ਤੁਹਾਨੂੰ ਮਕੈਨੀਕਲ ਇੰਜੀਨੀਅਰਿੰਗ ਜਿਹੜੀ ਹੈ ਉਹ ਆਫਰ ਹੋ ਚੁੱਕੀ ਹੈ ਉਹਦੀ ਸੀਟ ਤੁਹਾਨੂੰ ਮਿਲ ਜਾਏਗੀ 100% ਓਕੇ ਸਰ ਕੈਂਪਸ ਸੇਮ ਆਲ ਟ੍ਰਾਈ ਟੂ ਗੈਟ ਮਿਸੀਸਾਗਾ 99% ਮਿਸੀਸਾਗਾ ਹੀ ਹੋਏਗਾ ਨਹੀਂ ਤਾਂ ਫਿਰ ਪਲੀਜ਼ ਨਾਰਥ ਵੇ ਲਈ ਜੇ ਉਹ ਕਹਿੰਦੇ ਆ ਤਾਂ ਪਲੀਜ਼ ਬੀ ਰੈਡੀ ਫਾਰ ਨਾਰਥ ਵੇ ਆਲਸੋ ਪਰ ਨਾਰਥ ਵਿੱਚ ਤਾਂ ਸਰ ਮੈਨੂੰ ਸਿਵਲ ਇੰਜੀਨੀਅਰਿੰਗ ਦਾ ਵੀ ਆਫਰ ਕਰ ਰਹੇ ਸੀ ਨਾ ਪਹਿਲਾਂ ਇੱਕ ਮਿੰਟ ਹੋਲਡ ਕਰ ਮੇਰੇ ਕੋਲ ਮੈਸੇਜ ਆ ਗਿਆ ਇਫ ਯੂ ਕੈਨ ਹੋਲਡ ਫॉर ਅ ਸੈਕਿੰਡ ਹਾਂ ਇਫ ਯੂ ਕੈਨ ਹੋਲਡ ਮੀਨਵਾਈਲ ਵੀਲ ਟੇਕ ਕਰਨਸ ਕੁਐਰੀ ਕਰਨ ਸਿੰਘ ਆਈ ਅਪਲਾਈਡ ਫॉर ਮੋਹਾਕ ਕਾਲਜ ਫॉर ਸੈਪਟੈਂਬਰ 2020 ਐਂਡ ਆਈ ਗਾਟ ਐਨ ਅਪਡੇਟ ਔਨ 4th ਸੈਪਟੈਂਬਰ ਦੈਟ ਮਾਈ ਕਲਾਸਿਸ ਵਰ ਟੂ ਸਟਾਰਟ ਫਰਮ ਸੈਪਟੈਂਬਰ 8 ਐਂਡ ਆਈ ਰਿਕੁਐਸਟਡ ਫॉर ਡਿਫਰਲ ਬਟ ਰੀਸੈਂਟਲੀ ਆਈ ਗਾਟ ਕਲਾਸ ਜੁਆਇਨਿੰਗ ਲਿੰਕਸ ਐਂਡ ਪਾਸਵਰਡ ਸੋ ਜਸਟ ਵਾਂਟਡ ਟੂ ਨੋ ਇਫ ਦੇਰ ਵਿਲ ਬੀ ਐਨੀ ਲਾਸ ਬਟ not taking classes or what I may differ requested or accepted please call me okay so Yuvraj mechanical is open and mechanical can be given to you in Mississauga campus that's for sure I received a message from Sonia Tucker so mechanical would be offered to you in Mississauga campus is it okay okay sir okay thank you so much okay sir so please make sure Sunil that he gets his updated offer letter and he is able to start his classes hello refusal aandi hai te vcc fees wapas nahi karega that is what their policy is saying right haan ji sir meri appa da definitely request pa chuke vcc di takriban sare cases di par je phir bhi tuhanu je aip aa chuka hai tusi interested hai ge online classes lene layi to we are here to support you for your registration and everything par mere khayal ch vcc di tuhadi already deferral ja chuki hai na haan ji sir ohde sir possible hai ge deferment ja nahi par main hi pata karna si haan ji ma'am possible hai vcc di deferment possible hai yes ਸੋ ਕਿਹੜਾ ਪ੍ਰੋਗਰਾਮ ਤੁਹਾਡਾ ਪ੍ਰੋਗਰਾਮ ਕਿਹੜਾ ਮਨਦੀਪ ਕੌਰ ਸਰ ਮੈਂ ਬਿਜ਼ਨਸ ਐਂਡ ਪ੍ਰੋਜੈਕਟ ਮੈਨੇਜਮੈਂਟ ਹਾਂ ਜੀ ਮੈਂ ਉਹਦੀ ਡਿਫਰਮੈਂਟ ਔਰ ਕਿਹੜੀ ਬ੍ਰਾਂਚ ਨਾਲ ਤੁਸੀਂ ਜੁੜੇ ਹੋਏ ਹੋ ਪਿਰਾਮਿਡ ਸਰ ਲੁਧਿਆਣਾ ਬ੍ਰਾਂਚ ਨਾਲ ਠੀਕ ਹੈ ਮੈਡਮ ਉਹਦੀ ਡਿਫਰਮੈਂਟ ਪੋਸੀਬਲ ਹੈ ਹਾਂ ਜੀ ਸਰ ਇੱਕ ਵਾਰ ਚੈੱਕ ਕਰ ਲੈਣਾ ਦੀ ਡਿਫਰਮੈਂਟ ਆਲਰੇਡੀ ਪੈ ਚੁੱਕੀ ਹੈ ਮੈਡਮ ਬੀਸੀਸੀ ਦੇ ਤਕਰੀਬਨ ਸਟੂਡੈਂਟ ਸੀ ਓਕੇ ਸਰ ਇੱਕ ਵਾਰ ਦੇਖੋ ਮੈਂ ਕੱਲ ਹੀ ਕਿਹਾ ਸੀ ਸਰ ਡਿਫਰਮੈਂਟਲੀ ਚੈੱਕ ਕਰ ਲੈ ਚੈੱਕ ਕਰਕੇ ਦੱਸ ਸਕਦੇ ਹੋ ਸਰ ਆਪਣੇ ਮੋਬਾਈਲ ਨੰਬਰ ਹੈਲੋ ਆਪਣਾ ਮੋਬਾਈਲ ਨੰਬਰ ਮੈਡਮ ਦੇ ਦਿਓ ਇੱਕ ਮਿੰਟ ਜੇ ਰਿਫੰਡ ਪਾਲਿਸੀ ਹੈਗੀ ਹੈ ਤੇ ਤੁਸੀਂ ਫੇਰ ਲਗਾਉਣਾ ਚਾਹੋਗੇ ਮੁਹਾਫਿਜ਼ ਕਲਾਸਸ ਅਮਨਦੀਪ ਸੋ ਆਫਟਰ ਦਿਸ ਸੈਸ਼ਨ ਆਲ ਪਰਸਨਲੀ ਸਪੀਕ ਟੂ ਯੂ ਐਂਡ ਗੈਟ ਬੈਕ ਟੂ ਯੂ ਵਿਦ ਯੋਰ ਡਿਫਰਮੈਂਟ ਵੁੱਡ ਇਟ ਬੀ ਫਾਈਨ ਹਾਂਜੀ ਸਰ ਥੈਂਕ ਯੂ ਸਰ ਥੈਂਕ ਯੂ ਮੈਮ ਥੈਂਕ ਯੂ ਹੈਲੋ ਹੈਲੋ ਸਰ ਉਸ ਤੋਂ ਬਾਅਦ ਯੈਸ ਰੁਪਿੰਦਰ ਹੈਲੋ ਸਰ ਮੈਂ ਰੁਪਿੰਦਰ ਬਾਤ ਕਰ ਰਹੀ ਹਾਂ सर मेरी बहुत बड़ी एक प्रॉब्लम है मेरी ना AIP जिस दिन आई थी ना 3rd of September को और उसी दिन मेरी ना ओरिएंटेशन थी वो स्किप हो गई क्योंकि लेट आई थी ओरिएंटेशन और मेरी ओरिएंटेशन स्किप हो गई और अब मेरी प्री रजिस्टर रजिस्ट्रेशन हो गई है बट सर मुझे ऑनलाइन क्लासेस का टाइम ही नहीं पता मुझे मेल्स भी काफी आई है बट टाइम नहीं पता चल रहा सर मेरी क्लासेस अगर आपका कॉलेज इंस्टीट्यूट कौन सा है कनाडा में कनाडा और सर ब्रैम्पटन कैंपस आप मोबाइल नंबर देंगे मुझे प्लीज अपना तो आपका कनाडा का कैंपस कौन सा है कैंपस कौन सा आपका कैनेडा मेरा कैनेडोर एट स्टैनफोर्ड है ब्रैम्पटन कैंपस नो प्रॉब्लम मैम कैनेडोर का अभी क्लासेस का टाइम है हमारे पास आपको शेड्यूल भी मिल जाएगा और ऑनलाइन आपके रजिस्ट्रेशन तो ऑलरेडी आप बोल रहे हो चुकी है ना आपको सिर्फ शेड्यूल चाहिए ना इसका कि कब क्लासेस स्टार्ट है सिलेबस क्या है दिस इज व्हाट यू आर लुकिंग फॉर हेलो यस मैम यस कोमल प्लीज
मेरा पहले मई इनटेक था, उसके बाद कोरोना वायरस के कारण सितंबर इनटेक हो गया, लेकिन अब मेरी एआईपी आई हुई है सीडी कॉलेज क्यूबिक से, जो मैं अब क्या करूं। तो मैम क्यूबिक की तो पॉलिसी बिल्कुल रिस्क फ्री एजुकेशन है, तो उसका तो कोई डिडक्शन भी नहीं है, यू मस्ट गो फॉर ऑनलाइन क्लासेस मैम। उसमें तो कोई डिडक्शन भी नहीं है, आप ऑनलाइन क्लासेस आपकी स्टार्ट कर सकते हो। आपकी ब्रांच कौन सी आपकी? किस ब्रांच से आपका केस प्रोसेस है कोमल? जलंधर। करण देख रहे हैं ना आपका केस? हाँ जी। हाँ तो मैंने लिख लिया आपका मैम, करण आपको भी कॉल कर लेगा, यू विल रिसीव अ कॉल फ्रॉम करण, डोंट वरी। हाँ जी ठीक है। और वो मेरा कंप्लीट वीजा कब तक आएगा? कंप्लीट वीजा मैम वो अभी हम जो डिस्कशन कर रहे हैं, तो अभी देखो वीएफएस कब खुलता है, बायोमेट्रिक कब हमें होता है, वहां से मतलब दे गिव अ ग्रीन सिग्नल, जो पासपोर्ट सबमिशन का है, इट विल टेक टाइम, पर आपका जो अभी एआईपी आ गया है उनके बेसिस पे आप यू कैन स्टार्ट योर ऑनलाइन क्लासेस, और सीडी का डिडक्शन कोई नहीं है। अगर कोई 1% भी हमें प्रॉब्लम आती है फाइनल अप्रूवल में, जो कि मुझे लग नहीं रहा आएगी, तो आपका जितनी भी फीस है वो सारी आपकी वापस हो जाएगी, देयर विल बी नो डिडक्शन इन योर ट्यूशन फीस। ओके, और मुझे इनटेक कौन सा मिलेगा? सितंबर मैम, ऑनलाइन सितंबर की बात कर रहे हैं हम। हाँ जी, अगर मैं ऑनलाइन ना लगाऊं तो क्या होगा? तो भवनु सर, आई वुड वांट टू शेयर माय एक्सपीरियंस, यस्टरडेज एक्सपीरियंस विद ऑल द स्टूडेंट्स, वेरी इंटरेस्टिंग एक्सपीरियंस। मई सेशन में जिन बच्चों का 18 मार्च से पहले वीजा आया था, मैंने पर्सनली सभी स्टूडेंट को कॉल करी थी कि आप प्लीज एक सेमेस्टर ऑनलाइन लगा लो। नो व्हाट हैपेंड, जिन बच्चों ने मई का एक सेमेस्टर ऑनलाइन लगाया था उनको ट्रैवल सपोर्ट लेटर मिल गया, वो बच्चे चले गए। अब जिन्होंने मई में ऑनलाइन नहीं लगाया, नॉट दे स्टूडेंट आर जस्ट स्ट्रगलिंग फॉर ट्रैवल सपोर्ट लेटर एंड द इंस्टीट्यूट इज सेइंग वी आर रियली सॉरी, we won't be able to give you a travel support letter because you didn't start your first semester in India. So meri personal tanu sareyanu guzarish hai, please je opportunity mil rahi hai India ch beh ke ghat kharche te beh ke, lot many students are saying connectivity issue sir, matlab 4G nahi hai Punjab ka, aisa koi village nahi hai yahan pe 4G ki मतलब 4G की रीच नहीं है। तो मेरी रिक्वेस्ट है, अगर आप ये ले लेते हो ऑनलाइन एक सेमेस्टर, आपको इसका एडवांटेज होगा इन ऑर्डर टू गेट अ ट्रैवल सपोर्ट लेटर। जब आपका वीजा आ गया, जो एक CBA होती है ना, कनाडा बॉर्डर एजेंसी, उनके हाथ में होता है आपको इमिग्रेशन क्लियरेंस देना कि नहीं देना। अगर आप एक सेमेस्टर ले लेते हो, बिलीव यू मी, आपको वहां पे जाके बॉर्डर एजेंसी जो है दे विल गिव यू अ ग्रीन सिग्नल, बिकॉज यू वुड बी कंसिडर्ड एज अ बोनाफाइड स्टूडेंट। जब हमारे पास एक चांस था यहाँ पे एक सेमेस्टर लेने का, इट मींस कि हमारे जो इंटेंशंस हैं वो सिर्फ कनाडा पहुंचने की हैं, पढ़ाई हमारी मंशा नहीं है, इंटेंशन नहीं है। सो माई रिक्वेस्ट यू गाइज, अगर ऐसा इंस्टीट्यूट है जो आपकी डिडक्शन ही नहीं लगा रहा, तो प्लीज वी शुड नॉट फाइंड एक्सक्यूजेस कि नेट कनेक्टिविटी नहीं है, लाइट बार बार जाती है। बहुत सारे ऐसे स्टूडेंट हैं जिन्होंने ऑनलाइन शुरू करा हुआ है, उनके एक्सपीरियंसेस हमने फेसबुक पेज पे शेयर किए थे, काइंडली गो ऑन आवर फेसबुक पेज एंड सी देयर एक्सपीरियंसेस एंड दे आर वेरी हैप्पी। और क्यूबे के कॉलेजेस तो आपको इवन डोंगल भी प्रोवाइड कर रहे हैं, घर आके आपको लैपटॉप डिलीवर करके जाएंगे। सो आई डोंट सी एनी प्रॉब्लम ज्वाइनिंग ऑनलाइन क्लासेस फ्रॉम इंडिया। थैंक यू सर। या सो यू ऑल वुड बी, आई हैव गिवन माय नंबर इन द चैट बॉक्स, आप मुझे इस सेशन के बाद वन बाय वन आप मुझे प्लीज कॉल करना, कोई भी आपका क्वेश्चन है, डेफर एलओए के रिलेटेड क्वेश्चन है, ऑनलाइन क्लासेस के रिलेटेड क्वेश्चन है, ऑनलाइन रजिस्ट्रेशन नहीं हो पा रही, मी पूजा मैम माई वन या वन मोर जोनल मैनेजर मिसेस सूर्य वर्मा इज ऑल्सो देयर इन दिस सेशन, वी वुड हेल्प यू आउट इन एवरी पॉसिबल वे। हेलो सर। यस मैम। सर, आई गॉट एआईपी फ्रॉम लैम्पटन कॉलेज। So sir, please suggest me whether I should attend the online classes or not, or they have their refund policy or not. So Lambton जो है, Lambton if I look at, because मैंने तो screen पे ही लगा लिया सामने, Lambton की बिल्कुल refund policy बिल्कुल सही है, आपके favour में है, वो deduction नहीं लगाएंगे, only admin charges will be deducted, और मुझे पूरी उम्मीद है कि आपका course भी 2 साल का होगा, am I right? Yes sir. Because Lambton UGPG दोनों में 2 साल का ही offer दे रहा है। तो my request to you, and which program have you applied for? Sir, for business management. So ma'am, please my request to you, start your online classes from India. Actually, I also just want to start my online classes, but
yet now I haven't received any like mail for registration or anything. Okay. Just before 2 days I got my AIP. So what's your name? Sir, my name is Manpreet. Manpreet, अपना number बताइए please. मैं अपना जावांगी Lambton College की registration बारे. जी. जिन्ना दी भी query है Lambton College ने तानु सीधा link नहीं दिता. मैंने मेरा भी AIP आया है ने उन्हें सिर्फ एक उन्हें तारी location mention की दी है थोड़ी email दी वैसे Mrs. Aga Toronto और सारनिया. थोड़ी जेडी भी location है उस location से तुसी क्लिक करके फिर registration कर सकते हो. उत्थे Queen's College का page खुलेगा. जहाँ फिर थोड़ी जेडी भी location है उन्हें पेज खुलेगा फिर तुसी registration कर लियो. पूरा लिंक नहीं है जस्ट लोकेशन तक क्लिक करना पवेगा थोड़ी ईमेल दे विचों. ये नाम की थोड़ा नवनीत. थैंक यू नवनीत फॉर सच अ क्रिटिकल इंफॉर्मेशन. एक बारी फिर तुसी प्लीज दसना कि जेडे Lambton College दे बच्चे हैगे है दे वुड लाइक टू लिसन टू यू वंस अगेन. Lambton College रजिस्ट्रेशन वास्ते पूरा लिंक नहीं दे रहे जस्ट अपनी लोकेशन मेंशन कर रहे ने कि थोड़ी जेडी भी लोकेशन है सारनिया मिसिसागा और टोरंटो उन्होंने जेडी भी लोकेशन है वो ते क्लिक करके तो फिर अगर रजिस्ट्रेशन का पेज ओपन होएगा वो तो रजिस्ट्रेशन हो जाएगी. ओके थैंक यू सर. वेलकम. बाकी तनु मंत्री तनु कॉल भी आ रही है. आई हैव फॉरवर्डेड योर नंबर टू एडमिशंस डिपार्टमेंट. तनु कॉल भी आ रही है. दे विल अगेन गाइड यू एंड इफ यू नॉट रिसीव दैट ईमेल दे विल रिक्वेस्ट द कॉलेज यू नो टू सेंड यू रीसेंड यू. बाकी अपनी ईमेल विच जंक बॉक्स वगैरह विच भी देख लिया करो कोई very उधर चले जाती है. so you will still get a call from our department. okay sir thank you so much. hello. जी बोलिए जी. sir साड़ा ना 4 सितंबर को AIP आ गया सी गई. जी. ये सर ऐसी लुधियाना ब्रांच तो अप्लाई की था सी गया अपनी तो. जी. ये सर ऐसी ना ऑनलाइन क्लासें लगानी है सी है नियाग्रा कॉलेज है साड़ा सर. जी. ये सर उधर रिफंड पॉलिसी की है जी. नियाग्रा कॉलेज सेकंड स्टेज विच रिफ्यूजल पे पूरा रिफंड कर रहे हैं. सो तुसी निश्चिंत होके क्लासें स्टार्ट कर सकते हो कोई प्रॉब्लम नहीं. सर बीएफ सेंटर कब खुल जाएंगे सकदे है जी. देखो हजे इस बारे ता मेरे ख्याल नाल किसी नु भी नहीं आईडिया बट उम्मीद की जा रही है कि अक्टूबर विच बीएफएस सेंटर खुल जाएंगे और जो खुलेंगे ऐसी प्लेटफॉर्म पे आके सब तो पहले आपा दसांगे चाहे रात 11 बजे खुलन चाहे 1 बजे खुलन. We will be the first ones to come and tell you that VFS center khul gaya hai but September which ta notification aa gayi hai ki nahi khulan wale October to umeed kiti ja rahi hai ki khul sakde hai bade lakke hone right. ek aur bahut important update hai guys tode sare layi agar tuhadi orientation miss ho gayi hai aur tusi eh sochde ho ki meri orientation miss ho gayi hai main classan nahi la sakda te eh tadi soch galat hai. orientation basically introduction session hunda hai. तो अगर तुसी ओरिएंटेशन मिस भी कर दिती है किसी कारणवश या क्लासा शुरू हो भी गई है 2-4 दिन पिछे भी चले गए हो पर अगर कॉलेज नो इनफॉरमेशन दिती हुई है तुसी सानू इनफॉरमेशन दिती हुई है तुसी तो तुसी कॉल क्लासा अपनिया शुरू कर सकते हो इवन इफ देयर इज अ डिले ऑफ 2-3 डेज. जे इनफॉरमेशन नहीं भी दिती तामी पूजा मैडम दा नंबर इत्थे हैगा सुनील सर दा हैगा इन्हां नू कॉल करो इनफॉरमेशन दबाओ कॉलेज नू और अपनिया क्लासा ऑनलाइन स्टार्ट करो एज सून एज पॉसिबल. आई वुड हाईली रिकमेंड अगर प्रॉब्लम तां ही आ रही है चैट बॉक्स में अपना नंबर लीव करो मैं तुहानू आप पर्सनली हुण ही कॉल करूंगा एंड वी विल सॉर्ट आउट ऑल योर क्वेरीज सो दैट यू कैन स्टार्ट योर क्लासेस ऑनलाइन राइट विच इज वेरी वेरी इंपॉर्टेंट. हेलो सर. जी सर वीसीसी कॉलेज दी रिफंड पॉलिसी की है फॉल इन जैन इनटेक लंघ गया ਕੋਈ ਗੱਲ ਨਹੀਂ ਹੈ ਤੁਸੀਂ ਡੈਫੀਨਿਟਲੀ ਸਟਾਰਟ ਕਰ ਸਕਦੇ ਹੋ. ਸੋ ਵੈਂਕੂਵਰ ਕਮਿਊਨਿਟੀ ਕਾਲਜ ਦੀ ਰਿਫੰਡ ਪਾਲਿਸੀ ਆਪਾਂ ਹੁਣੀ ਚੈਟ ਬਾਕਸ ਵਿੱਚ ਪਾ ਰਹੇ ਹਾਂ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਡਿਸਕਸ ਕਰਾਂਗੇ. ਆਲਰਾਈਟ ਗੁਰਵਿੰਦਰ ਵੀਰ ਨੇ ਯੂ ਨੋ ਸ਼ੀ ਆਸਕਡ ਟੂ ਕਾਲ. ਹੈਲੋ ਸਰ. ਗੁਰਵਿੰਦਰ ਵੀਰ ਹਾਈ ਸਤਿ ਸ਼੍ਰੀ ਅਕਾਲ. ਬਬਲੂਰ ਬੇਦੀ ਬੋਲ ਰਿਹਾ ਤੇਰਾ ਨਾਮ. ਹਾਂ ਵੀ ਗਾਈ ਵੈਰੀ ਗੁੱਡ ਆਫਟਰਨੂਨ. ਕੀ ਹਾਲ ਚਾਲ ਨੇ? ਕੰਗ੍ਰੈਚੁਲੇਸ਼ਨਸ ਜੀ. ਮੈਮ ਕਿਹੜਾ ਕਾਲਜ ਹੈ ਤੁਹਾਡਾ? बिल्कुल ठीक है.
Gurvinder, I will ensure you that our solutions are Nuaji de diye. And you know, you will get that information. Sunil, aap line pe ho? हाँ जी सर, मैं लाइन पे हूँ. स्टूडेंट की कॉल आई है, सेशन में स्टूडेंट है, उसकी कॉल है. तो या तो गुरविंदर वीर, आप पूजा के साथ डिस्कस कर लीजिएगा. मैंने डाल भी दिया पूजा को. गुरविंदर वीर पूजा बच्चा है, इसका वीजा स्टैम्प भी है, तो इसको थोड़ा सा कैनेडा कॉलेज में रजिस्ट्रेशन की प्रॉब्लम आ रही है. प्लीज मेक श्योर दैट इट इज बीइंग सॉर्टेड आउट टुडे ओनली. ऑलराइट राइट सर, राइट राइट. All right, Gurvinder, we will ensure you that it is sorted out today, and by tomorrow you will get your updated schedule. Okay. All right. Baki mere ko bhi number aa gaya. I'll also make a follow-up call to check whether the update has been done or not. Thank you, Gurvinder. All the best with you. Good luck. Hello, sir. Yes, ma'am. Sir, actually, kal na orientation di recording aayi si. Yes, ma'am. Haan ji, sir. Us vich unhone mention kariya vi agar tuhato लाइव क्लास कोई भी मिस हो रही है देन वो रिकॉर्डिंग नहीं प्रोवाइड करेंगे. अगर लाइव क्लास सर कोई भी मिस होती है देन फिर उस डे दा लॉस. तुम्हारा नाम की है? सर जितेंद्र. जितेंद्र, अपना कॉन्टैक्ट नंबर दो. सर आई ऑलरेडी ड्रॉप्ड. ऑलराइट जितेंद्र, कॉलेज केड़ा? सर कैनेडा. वैसे ये पॉसिबल नहीं है कि लाइव सेशंस जड़े हैगे है वो रिकॉर्डेड ना होन जितेंद्र, बट मैं तुहानू इह भी दस सकदा कि बहुत सारे इहो जिहे सॉफ्टवेयर आते हैं जिहदे नाल तुसी अपना जिहड़ा सैशन हैगा अपने कंप्यूटर विच रिकॉर्ड कर सकते हो. सो टू यू नो लिसन एंड व्यू आफ्टरवर्ड्स ऑलसो. सो तुहाडा नंबर आ गया. मैं अपनी आई टी टीम नू कहूँगा कि तुहाडी आपां हैल्प करिए और वो सॉफ्टवेयर कड़े कड़े हैगे है वो आपां तुहाडे सिस्टम विच तुहानू डाउनलोड करन विच तुहाडी हैल्प कर देवांगे ताकि तुसी अपने लैवल ते भी वो डाउनलोड कर सको. तो अगर कॉलेज वैसे तो ऐसा नहीं हो सकता, बट अगर कॉलेज कह रहा है अपन कॉलेज नू भी एक बार रिक्वेस्ट करांगे कि रिकॉर्डेड सेशन शेयर किए जान, बट एट द सेम तुसी अपने लेवल पे भी वो सेशन नू रिकॉर्ड कर सकते हो अपने कंप्यूटर दे थ्रू. सॉफ्टवेयर्स आंदे है जिहड़े तुहाडे कंप्यूटर दी स्क्रीन से जिहड़ी सेशंस चल रहे है उन्हां नू रिकॉर्ड करदे है. सो ताकि तुसी उन्हूं दुबारा तो सुन सको. जे तुसी उन्हूं डाउनलोड कर सकते हो ठीक है, नहीं तो मैं अपनी आईटी टीम चो तानू कॉल करवा लूंगा जो कि ताड़ी है डाउनलोड करने में थोड़ी मदद करे. सर मैं मेल करी सी कॉलेज नू भी, मैं क्लासेस फोन पे अटेंड करनी है एंड असाइनमेंट्स वगैरह लैपटॉप प्रेफर कर हो जाएगा. देन उन्होंने कहा भी अगर तुसी क्लासेस फोन पे करना चाहते हो देन तुसी कर सकते होगे, बट वो कहते भी रिकॉर्डेड क्लासेस नहीं मिलनगी तुहानू अगर तुसी किस तो भी स्टडी प्रेफर करोगे. बेटा मैं आई होप आई हैव आंसर्ड माय क्वेश्चन. वैसे तो मैं कहूंगा कि तुसी मोबाइल की बजाय लैपटॉप ते या डेस्कटॉप ते प्लीज एक इन्वेस्टमेंट ही है. यू नो इन्वेस्टमेंट जरूर करो अपने डेस्कटॉप लैपटॉप ते करो और तुसी अपने लेवल ते भी रिकॉर्ड कर सकते हो. जे कॉलेज का रिकॉर्ड अपने लेवल ते रिकॉर्ड कर लो. तुहाडा नंबर आ गया है, मैं आई टी टीम वालों भी तुहानू कॉल करवा दूंगा ताकि ਤੁਹਾਡੀ ਆਪਾਂ ਹੈਲਪ ਕਰ ਸਕੀਏ ਉਹ ਵਲੇ ਡਾਊਨਲੋਡ ਕਰਨ ਵਿੱਚ ਜਿਹੜੇ ਤੁਸੀਂ ਆਪਣੇ ਲੈਵਲ ਤੇ ਡਾਊਨਲੋਡ ਕਰ ਲਓ. ਓਕੇ ਸਰ. ਇੱਕ ਪਾਸਪੋਰਟ ਸਬਮਿਸ਼ਨ ਲਈ ਰਿਕੁਐਸਟ ਉਹਨਾਂ ਨੂੰ ਆ ਰਹੀ ਹੈ ਜਿਨ੍ਹਾਂ ਦੇ ਏਆਈਪੀ ਆਲਰੇਡੀ ਆ ਚੁੱਕੇ ਹੈ. ਜੀ, ਅਗਰ ਤੁਹਾਡਾ ਬਾਇਓਮੈਟ੍ਰਿਕ ਹੋ ਚੁੱਕਾ ਹੈ, ਪੀਸੀਸੀ ਹੋ ਚੁੱਕਾ ਹੈ, ਮੈਡੀਕਲ ਹੋ ਚੁੱਕਾ ਹੈ ਤੇ ਸਿੱਧੀ ਪਾਸਪੋਰਟ ਸਬਮਿਸ਼ਨ ਰਿਕੁਐਸਟ ਆ ਰਹੀ ਹੈ. ਅਗਰ ਤੁਹਾਡੀ ਇਹ ਚੀਜ਼ਾਂ ਪਈਆਂ ਹੈ ਤੇ ਸਭ ਤੋਂ ਪਹਿਲੇ ਇਹਨਾਂ ਦੀ ਰਿਕੁਐਸਟ ਆਏਗੀ, ਉਸ ਤੋਂ ਬਾਅਦ ਪਾਸਪੋਰਟ ਸਬਮਿਸ਼ਨ ਰਿਕੁਐਸਟ ਆਏਗੀ. ਸਰ ਮੇਰਾ ਸਭ ਕੁਝ ਡਨ ਸੀਗਾ, ਪੀਸੀਸੀ ਬਾਇਓਮੈਟ੍ਰਿਕ ਵਗੈਰਾ ਸਭ ਕੁਝ ਡਨ ਸੀਗਾ, ਬਟ ਫਿਰ ਵੀ ਏਆਈਪੀ ਆਇਆ. ਕਿਉਂਕਿ ਇਸ ਵੇਲੇ ਪਾਸਪੋਰਟ ਰਿਕੁਐਸਟ ਆ ਹੀ ਨਹੀਂ ਸਕਦੀ ਕਿਉਂਕਿ ਤੁਹਾਡਾ ਵੀਐਫਐਸ ਬੰਦ ਹੈ. ਜੀ ਸਰ. ਓਕੇ ਸਰ. ਮੇਰੀ ਇੱਕ ਫਰੈਂਡ ਦਾ ਏਆਈਪੀ ਵੀ ਨਹੀਂ ਆਇਆ ਹੋਇਆ, ਬਟ ਉਹਨੂੰ ਪਾਸਪੋਰਟ ਰਿਕੁਐਸਟ ਆ ਗਿਆ, ਸਬਮਿਸ਼ਨ ਰਿਕੁਐਸਟ ਆ ਗਿਆ. ਦੈਟ ਬਿਲਕੁਲ ਪੋਸੀਬਲ ਹੈ. ਸਾਡੇ ਵੀ ਕੁਝ ਸਟੂਡੈਂਟਸ ਨੂੰ ਪਾਸਪੋਰਟ ਸਬਮਿਸ਼ਨ ਰਿਕੁਐਸਟ ਆ ਗਈ ਸੀ, ਬਟ ਯੂ ਨੋ ਆਈ ਥਿੰਕ ਦਿਸ ਕੁਡ ਬੀ ਸਮ ਸੋਰਟ ਆਫ, ਬਟ ਸਬਮਿਟਿੰਗ ਅ ਪਾਸਪੋਰਟ ਇਜ਼ ਨੋਟ ਪੋਸੀਬਲ ਬਿਕੋਜ਼ ਇਟ ਹੈਜ਼ ਟੂ ਬੀ ਸਬਮਿਟਿਡ ਐਟ ਦ ਵੀਜ਼ਾ ਐਪਲੀਕੇਸ਼ਨ ਸੈਂਟਰਸ. ਸੋ ਅਗਰ ਆ ਵੀ ਜਾਂਦੀ ਹੈ ਰਿਕੁਐਸਟ ਜਦੋਂ ਖੁੱਲੂਗਾ ਉਦੋਂ ਹੀ ਸਬਮਿਟ ਹੋਏਗਾ. ਓਕੇ ਸਰ. ਪੋਸੀਬਲ ਹੈ ਜੋ ਤੁਸੀਂ ਕਹਿ ਰਹੇ ਹੋ. ਸਾਡੇ ਵੀ ਕੁਝ ਸਟੂਡੈਂਟਸ ਨੂੰ ਆਈ ਹੈ ਰਿਕੁਐਸਟ, ਸੋ ਦਿਸ ਇਜ਼ ਕੁਆਈਟ ਪੋਸੀਬਲ. ਇਹ ਪੋਸੀਬਲ ਨਹੀਂ ਹੈ. ਓਕੇ ਸਰ. ਓਕੇ, ਥੈਂਕ ਯੂ ਸਰ. ਗੁੱਡ ਲੱਕ. ਆਈ ਐਮ ਕਾਲਿੰਗ ਰਵਨੀਤ. ਹੈਲੋ ਸੁਨੀਲ ਸਰ. ਯੈਸ. सौरभ बोल रहा हूँ, होशियारपुर. तो सर ये जो मेरा स्टूडेंट पोर्टल है, मेरी एपी आ गया था, तो सर
कॉलेज के ऊपर सर मेरा कोई इन्फॉर्मेशन नहीं दिखा रहा सर मेरे कोर्स के रिलेटेड, ना ही सर मेरी कोई मीटिंग जूम मीटिंग वगैरह कुछ भी नहीं दिखा रहा सर, मीटिंग आईडी वगैरह, ऑनलाइन क्लासेस नहीं स्टार्ट हो रही सर मेरी। बाकी मेरे कुछ और फ्रेंड्स हैं अभी सेम कॉलेज में एंड सर उनकी क्लासेस चल रही हैं सर, अभी मेरे को शो ही नहीं हो रहा कुछ भी। अपना एपी भी थोड़ा लेट है ना, तो काम कर जस्तेज जस्तेज सौरभ को ऑफिस बुला और गुरप्रीत को ऑफिस बुला और मेरे साथ कनेक्ट करवा दो, ऑफिस पहुंच जाते हैं तो मैं एक बार इनकी ऑनलाइन, अगर तो हमारे पास टाइम है तो कोर्स होगा कि इनकी मैं रजिस्ट्रेशन की करवाता हूं ऑनलाइन की, ठीक है? यस सर, यस सर, फॉर श्योर। सौरभ आप ऑफिस एक बार जाओ जस्तेज मैम के पास है, ऑलराइट सर। ऑफिस पहुंच के जस्तेज जब जाएंगे मेरी बात करवा देना। नेटफ्लिक्स कॉलेज का यस सर स्टार्ट करने का प्रोसेस है, तंदूरी करंदी है, यू विल बी एबल टू स्टार्ट द प्रोसेस, ऑलराइट? आई विल इंश्योर दैट यू गेट अ कॉल फॉर स्टार्टिंग मैट्रिक्स कॉलेज का क्लासेस, ऑलराइट? हेलो सर जी, हाय सर, मैं सीडी कॉलेज के बारे पूछना चाहता ना, सीडीई कॉलेज बारे। जी पूछिए सर, रिफंड पॉलिसी की है? रिफंड पॉलिसी सीडीई कॉलेज दी है कि अगर सेकंड स्टेज विच फाइल रिफ्यूज हो जाती है तो यू कैन get your refund, so you don't have to worry about it. Sir, ek gal hor, main meri 21 august di AIP aayi hoyi hai te meri na pre registration hoyi hai, te main oh puchna hai je ki hun agle process ki hovega, meri kal tak online classes hon gi hai. Sir, I will add on. Sure. The Cubic colleges class start date is last week of September. They have not started the process yet. Give me your number, I will call you as well. The refund policy states only reduction of administrative charges, nothing else. So you can clearly go for online classes. Okay, can you give me your number as well? So Ravneet, I hope Tanu bhi apna answer mil gaya hoega. Main hun karna gal vi kiti si ki Quebec colleges da haje schedule aur timetable nahi aaya hai. Pooja Ravneet da vi matrix college da hi unhan nu clarity chahidi si. So main tanu WhatsApp bhi karta number, tusi please Ravneet nu bhi call kar dena. But I hope to answer mil gaya hoega. Jadon schedule aayega, we'll be able to share you kyunki hale third week which classes hai gi hain. So Langara College di Pooja, can you please want to elaborate Langara College refund policy? Haan ji sir. So Langara College says that they will basically they will refund the full tuition fees, but the you could say the application for refund has to be placed within 30 days of refusal. That's okay. So of course it will be placed. Why would somebody delay the application? So Langara College ki refund policy badi positive hai ji. Agar tuhanu second stage vich refusal lag janda, you will be able to get back your refund. Same goes for Nadran College also. That Nadran College also, you will get your refund back if you are refused in the second stage. Humber College ki, would you like to probably discuss, Pooja? Humber College will give you refund before the class start date. So in that case, after that, they will start deducting, like by 21st of September, they will get full refund. After 21st to 22nd November, they will deduct 15%, 25%, sorry. And please, inanu email karke ina the refund policies, inanu email bhi karo so that they are aware of that, Pooja. Theek hai, sir. I hope we are doing all the emails to the kids for the refund policies. Yes, sir. We are doing. We are already doing for the people who get it. Yes, sir. तो हम्बर कॉलेज का जरा आया है वो मनवीर सिंह वालों आया है। मनवीर सिंह अपनी तुसी प्लीज एक बारी कॉन्टैक्ट नंबर दे दूंगे ते वी विल सेंड यू द रिफंड पॉलिसी। गाइस एक गल हो रही याद रखना, यू नो दैट ऑल दीज रिफंड पॉलिसीज आर अवेलेबल ऑन द इंस्टीट्यूशनल वेबसाइट्स आल्सो, सो इफ यू वुड प्रोबब्ली गो इनटू देयर ट्यूशन फीस एंड रिफंड सेक्शन, यू विल बी एबल टू सी ऑल देयर रिफंड पॉलिसीज ड्यूरिंग द कोविड एंड पोस्ट द कोविड। सो यू नो अगर तुहानू कोई पेशा अगर कम्युनिकेशन कोई लैक हो रही होवे, गैप हो रहा होवे, तो तुसी वेबसाइट ते जाके भी वो कम्युनिकेशन देख सकते हो, चाहे रजिस्ट्रेशन प्रोसेस है, चाहे रिफंड पॉलिसी है। हर एक कॉलेज दी वेबसाइट ते ए दोनों पॉलिसीज बड़ी क्लीयरली मैंशनड हुंदियां है, सो यू डोंट हैव टू रिलाई ऑन अ पर्टिकुलर पर्सन, यू कैन ऑलवेज डू इट। अर्शप्रीत इज आस्किंग कि अर्ली चाइल्डहुड ऑनलाइन है कि हाइब्रिड है। अश्वित, डिपेंड करता है कॉलेज टू कॉलेज, यू नो यूजुअली अर्ली चाइल्डहुड एजुकेशन हैज सम प्रैक्टिकल केयर गिवर सेंटर्स हैगे, उन्हां विच भी थोड़ा जिहा जाके एक्सपीरियंस हासिल करना पैंदा है, बट मेजोरिटी ऑफ इट इज यू नो इन द क्लास। सो ऑनलाइन डेफिनेटली हो रहा है, बट कुछ कॉलेजेस अर्ली चाइल्डहुड नहीं ऑनलाइन करवा रहे। जे तुसी दसोंगे कि केड़े कॉलेज विच तुसी दाखला लिया है, AIP आया है, तो वी विल बी एबल टू आंसर यू एंड हेल्प यू
on that college, right? So Canada College, Jagvinder, is this sent a question? Let me call Jagvinder. Hello. So inquiry is from Arshpreet Kaur that my program ECE. Arshpreet, which institute have you applied? Arshpreet from Canada. So I was in a call. A student has called me up. Arshpreet, kya inquiry hai aapki Canada ke liye online classes ke liye? Can I speak? Sunil sir, I understood the query. Please, please. Go ahead, please. Canador is, you are asking about whether the classes of early childhood education is available online or not for Canador. If you have received the AIP, yes, it is. If you have not, then not. So in case if you have already received the AIP, you send, you give your number here in the chat box or to me, we will call back to you to get you registered for online class. Okay, beta. Give me your number. ठीक है पूजा जगविंदर दी रजिस्ट्रेशन ले आज सवेरे उन्होंने कॉल भी किया होएगा तो तुसी एक बारी प्लीज ना लग के इन्हें रजिस्ट्रेशन करवा देना जगविंदर सिंह का नंबर भी दिता होया है कैनेडा कॉलेज का ठीक है सर जगविंदर कॉल करवा के प्लीज मेक श्योर ठीक है जी ऑलराइट चैट बॉक्स में जितने नंबर भी आए पूजा मेक श्योर दैट यू एंड योर टीम इज कॉलिंग ऑल ऑफ दी स्टूडेंट्स वंस अगेन एंड फॉलोइंग अप टिल द टाइम द क्वेरीज आर नॉट सॉल्वड मेक श्योर कि ना कोई भी क्वेरी रिपीट ना हो ओके जी ओके जी ठीक है जगविंदर गुड लक Congratulations again. Bye for now. Hello sir, good afternoon. Very good afternoon. Sir, main Niagara College refining policy bare puchna si. Sir, Niagara College second stage vich agar refusal aa reha hai te they are able to refund. That is not a problem. Early childhood education di classes bare puchna si aur te kuch pata nahi lag rahe ki kitho start honi hai kitho nahi. Pooja, would you like to comment on early childhood education for Niagara College? Yes, sir. The query is that whether the ECE is available online or not. That's the query. पहली query आया है दसो इसका क्या answer है? ECE is available online for all the students who have received the AIP. So the student is saying that मेरे को पता नहीं लग रहा है कि classes कितना start करनी है. Please give me your phone number. We will call back to you. बेटा अपना number दे ओ. Okay, beta. Please leave your phone number in the chat box. We will call you back and we will tell you step by step what has to be done here. Okay, ma'am. Ki naam kise ka tuhanda? Gagandeep Kaur, sir. Gagandeep. Gagandeep. Okay, apne immediately number itte drop kar kyunki teri awaaz kat gayi si aaya nahi number. Okay, sir, main private kar dunga message. Haan ji beta. Private kar. Is koi problem nahi. Okay, sir. Thank you. Hello, sir. Ji. I have to. I am Gurji. Early childhood education. I have to ask you a question that I have received my AIP on like 8th of September, which is supposed to be the first class of my orientation. So now I am confused how to like enroll in my classes and how to get my registration. Can you please tell me how to like get my timetable of registration? Because I don't understand how to. So can I answer to this? Yes, please. Please leave your phone number in the chat box. Okay. We will get back to you for these classes. Even though your classes have started on day before yesterday, there is no problem. All right. We've got another number. Hi, Amritpal. This is Bablood from Bablood. How are you doing today? Congratulations, first of all. तुझे अपना नंबर छोड़ दिया सी एंड यू वांटेड अस टू कॉल यू कैन यू प्लीज टेल व्हाट योर क्वेरी इज जी नहीं सो जितना मैं पहले भी दस्या सी कि एलिजिबिलिटी स्टेज सिंस क्लियर हो चुकी हुई है और जो ਤੁਹਾਡੀ ਆਈਲਟਸ ਤੁਸੀਂ ਐਮਬੈਸੀ ਵਿੱਚ ਅਪਲਾਈ ਕੀਤੀ ਸੀ ਉਦੋਂ ਵੈਲਿਡ ਸੀ ਉਦੋਂ ਦੀ ਹੀ ਮੰਨੀ ਜਾਂਦੀ ਹੈ ਸੋ ਮੈਂ ਇਸ ਕਰਕੇ ਕਹਿ ਰਿਹਾ ਸੀ ਕਿ ਤੁਸੀਂ ਦੁਬਾਰਾ ਕਰੋ ਕਿ ਉੱਥੇ ਜਾ ਕੇ ਅਗਰ ਲੋੜ ਪੈਂਦੀ ਕੈਨੇਡਾ ਪਹੁੰਚ ਕੇ ਤੋ ਇਟ ਵਿਲ ਬੀ ਈਜ਼ੀਅਰ ਫॉर ਯੂ ਟੂ ਹੈਵ ਐਨ ਆਈਲਟਸ ਸਰਟੀਫਿਕੇਟ ਕਿਉਂਕਿ ਤੁਹਾਡੇ ਕੋਲ ਟਾਈਮ ਹੈਗਾ ਬਾਕੀ ਐਡਮਿਸਿਬਿਲਿਟੀ ਸਟੇਜ ਵਿੱਚ ਆਈਲਟਸ ਪੀਆਰਐਫ ਮੰਗਣ ਦੇ ਚਾਂਸਸ ਬਹੁਤ ਘੱਟ ਹੈ ਠੀਕ ਹੈ ਡੋਨਟ ਵਰੀ ਚਲੋ ਸਾਰੇ ਫੈਮਿਲੀ ਨੂੰ ਆਪਣੇ ਪਰਿਵਾਰ ਨੂੰ ਮੇਰੇ ਵੱਲੋਂ ਫਤਿਹ ਬੁਲਾਣਾ ਬਿਲਕੁਲ ਟੈਨਸ਼ਨ ਨਾ ਲਓ ਕੋਈ ਪ੍ਰੋਬਲਮ ਨਹੀਂ ਐਲੀਜੀਬਿਲਿਟੀ ਤੁਸੀਂ ਕਲੀਅਰ ਕਰ ਲਓ ਫਿਰ ਬਿਲਕੁਲ ਟੈਨਸ਼ਨ ਨਾ ਲਓ ਡੋਨਟ ਵਰੀ ਨਹੀਂ ਬਿਲਕੁਲ ਨਹੀਂ ਬਿਲਕੁਲ ਵੀ ਨਹੀਂ ਡੋਨਟ ਵਰੀ ਉਦੋਂ ਕਰਨੀ ਪਏਗੀ ਹਾਂਜੀ ਉਦੋਂ ਕਰਨੀ ਪਏਗੀ ਜ਼ਰੂਰੀ ਨਹੀਂ ਹੈ ਤੁਸੀਂ ਇੰਡੀਆ ਤੋਂ ਵੀ ਕਰ ਸਕਦੇ ਹੋ ਮਤਲਬ ਅਲਟੀਮੇਟਲੀ ਉਹਨੂੰ ਆਈਐਲਟੀਐਸ ਸਕੋਰ ਚਾਹੀਦਾ ਉਹ ਕਿਤੇ ਵੀ ਹੋ ਸਕਦਾ ਗੁੱਡ ਲੱਕ ਬੱਚੇ ਟੇਕ ਕੇਅਰ ਆਫ ਯਰਸੈਲਫ ਬਾਏ
All right, guys, so apne tusi contact number, please keep dropping your contact number and we will get back to you. But jande jande, again, main ehi request karanga ki agar classes start ho rahi hain, please apni classes start karo. You know, internet connectivity issues karke apni classes miss na karo. Connections har ek pind, har ek jagah te internet 4G connections are available. ਇੱਥੇ ਬੈਠ ਕੇ ਕਲਾਸਾਂ ਸਟਾਰਟ ਕਰਨ ਨਾਲ ਯੂ ਵਿਲ ਹੈਵ ਅ ਮੱਚ ਬੈਟਰ ਸਕਸੈਸ ਐਟ ਦ ਸੇਮ ਟਾਈਮ ਯੂ ਵਿਲ ਸੇਵ ਮਨੀ ਆਲਸੋ ਰਾਈਟ ਬਾਕੀ ਕੋਈ ਵੀ ਤੁਹਾਨੂੰ ਡਾਊਟ ਹੈ ਕੋਈ ਕਨਫਿਊਜ਼ਨ ਹੈ ਡਿਸਕਸ਼ਨ ਕਰਨਾ ਚਾਹੁੰਦੇ ਹੋ ਮੋਰ ਦੈਨ ਵੈਲਕਮ ਤੁਸੀਂ ਸਾਡੇ ਹੈਲਪਲਾਈਨ ਨੰਬਰ 'ਤੇ ਵੀ ਕਾਲ ਕਰ ਸਕਦੇ ਹੋ 9256392563 ਮੈਂ ਨੰਬਰ ਵੀ ਪਾ ਰਿਹਾ ਯੂ ਨੋ ਔਨ ਦਿਸ ਹੈਲਪਲਾਈਨ ਨੰਬਰ ਯੂ ਕੈਨ ਆਲਵੇਜ਼ ਕਾਲ ਅਸ ਅਪ and request for a call back agar kisi particular department vich taadi gal nahi ho rahi hai te tusi 92563 pyramid visa helpline ethe tusi call kar sakde ho us departmental you know bande nal tusi request kar sakde ho ki please meri is department nal gal karwa do agar tanu koi feedback hai tusi do daba ke after you start the call canada daba do daba ke you can always give your feedback also so that you know we are able to help you even better if there is any concern that you have if you have a query you can also call on this number otherwise respective branch or department the number to tade kol available hamesha rehnda hi hai you know and through these messages I am always available to each one of my student but again main jande jande phir request karanga ki jehdi pyramid community da facebook page banya hoya hai wo pyramid community da facebook page you know please join karo ode vich main aap ha us community page de vich sade important management de member hai so that agar kisi vele vi tusi you know tadi query nahi solve ho rahi hai ਇਮੀਡੀਏਟਲੀ ਉਸ ਗਰੁੱਪ ਰਾਹੀਂ ਤੁਹਾਡੀ ਕੁਐਰੀ ਸਾਡੇ ਤੱਕ ਪਹੁੰਚ ਜਾਂਦੀ ਹੈ ਐਂਡ ਵੀ ਆਰ ਏਬਲ ਟੂ ਸਪੋਰਟ ਯੂ ਮੈਂ ਲਿੰਕ ਫਿਰ ਸ਼ੇਅਰ ਕਰਤਾ ਫੇਸਬੁੱਕ ਦਾ ਇੱਥੇ ਤੁਸੀਂ ਰਿਕੁਐਸਟ ਭੇਜੋਗੇ ਮੈਂ ਰਿਕੁਐਸਟ ਦਾ ਪੇਜ ਲਿੰਕ ਸ਼ੇਅਰ ਕਰਤਾ ਤੁਸੀਂ ਇੱਥੇ ਰਿਕੁਐਸਟ ਭੇਜੋਗੇ ਸਾਡਾ ਜਿਹੜੇ ਕੋਆਰਡੀਨੇਟਰ ਮੈਡਮ ਹੈਗੇ ਆ ਉਹ ਰਿਕੁਐਸਟ ਅਕਸੈਪਟ ਕਰਕੇ ਤੁਹਾਨੂੰ ਗਰੁੱਪ ਦੇ ਵਿੱਚ ਅਲਾਓ ਕਰੂਗੇ ਯੂ ਨੋ ਬੜਾ ਇੱਕ ਲਿਮਿਟਿਡ ਜਿਹਾ ਗਰੁੱਪ ਹੈ ਆਪਣੇ ਵੀਜ਼ਾ ਵਾਲੇ ਬੱਚਿਆਂ ਦਾ ਜਿਨ੍ਹਾਂ ਨੂੰ ਪ੍ਰੋਬਲਮ ਫੇਸ ਹੁੰਦੀ ਹੈ ਇੰਡੀਆ ਵਿੱਚ ਜਾਂ ਵਿਦੇਸ਼ਾਂ ਵਿੱਚ ਉਹ ਇਸ ਗਰੁੱਪ ਰਾਹੀਂ ਸਾਡੇ ਤੱਕ ਪਹੁੰਚ ਸਕਦੇ ਆ ਆਪਣੇ ਚੰਗੇ ਮਾੜੇ ਐਕਸਪੀਰੀਅੰਸਿਸ ਸ਼ੇਅਰ ਕਰ ਸਕਦੇ ਆ ਤਾਂ ਕਿ ਜਿਹੜੀ ਕਮਿਊਨਿਟੀ ਸਾਡੇ ਨਾਲ ਆਉਣ ਵਾਲੇ ਟਾਈਮ 'ਤੇ ਜੁੜ ਸਕਦੀ ਹੈ ਉਹ ਤੁਹਾਡੀ ਨਿਗਾਹਾਂ ਦੇ ਨਾਲ ਤੁਹਾਡੀਆਂ ਨਜ਼ਰਾਂ ਦੇ ਨਾਲ ਉਸ ਮੁਲਕ ਨੂੰ ਦੇਖ ਸਕੇ ਸੋ ਪਲੀਜ਼ ਇਸ ਗਰੁੱਪ ਨੂੰ ਜੁਆਇਨ ਕਰੋ ਔਰ ਐਟ ਦ ਸੇਮ ਟਾਈਮ ਜਨਵਰੀ ਇਨਟੇਕ ਦੇ ਔਰ ਨਵੰਬਰ ਇਨਟੇਕ ਦੇ ਦਾਖਲੇ ਚੱਲਦੇ ਪਏ ਹੈ ਕੈਨੇਡਾ ਦੇ सो जे तुसी अपने फ्रेंड्स रेफर करना चाहते हो तो भी 92563 92563 9953 9953 से कॉल करके अपने फ्रेंड्स अपने रिलेटिव्स जनवरी सेशन वास्ते तुसी यू नो रेफर कर सकते हो जे वो आइल्स करना चाहते हैं तो पिरामिड यू नो आइल्स भी करवांदा है ऑनलाइन आइल्स भी करवांदा है तुसी आइल्स भी कर सकते हो ਔਰ ਬਾਕੀ ਅਗੇਨ ਦੇ ਹੈਵ ਐਨ ਆਈਐਲਟੀਐਸ ਜਿਹਨਾਂ ਕੋਲ ਆਈਐਲਟੀਐਸ ਦਾ ਐਗਜ਼ਾਮ ਦਿੱਤਾ ਹੋਇਆ ਹੈ ਅਤੇ ਫਿਰ ਤੁਸੀਂ ਡਾਇਰੈਕਟਲੀ ਐਡਮਿਸ਼ਨ ਅਪਲਾਈ ਕਰ ਸਕਦੇ ਹੋ ਬਹੁਤ ਸਾਰੇ ਕਾਲਜਿਸ ਔਰ ਯੂਨੀਵਰਸਿਟੀਜ਼ ਦੇ ਦਾਖਲੇ ਚੱਲ ਰਹੇ ਹੈ ਸੋ ਵੀਲ ਬੀ ਏਬਲ ਟੂ ਹੈਲਪ ਯੂ 6-5 ਬੈਂਡ ਨਾਲ ਵੀ ਦਾਖਲੇ ਚੱਲਦੇ ਪਏ ਹੈ ਵੈਨਕੂਵਰ ਵਿੱਚ ਵੀ ਚੱਲ ਰਹੇ ਹੈ ਟੋਰੋਂਟੋ ਵਿੱਚ ਵੀ ਚੱਲ ਰਹੇ ਹੈ ਪਬਲਿਕ ਕਾਲਜਿਸ ਦੀ ਪਾਰਟਨਰਸ਼ਿਪ ਨਾਲ 6-5 ਬੈਂਡ ਵੈਨਕੂਵਰ ਔਰ ਟੋਰੋਂਟੋ ਵਿੱਚ ਵੀ ਐਕਸੈਪਟਡ ਹੈ ਐਂਡ ਯੂ ਕੈਨ ਆਲਵੇਜ਼ ਰੈਫਰ ਯੂਰ ਫਰੈਂਡ ਆਲਰਾਈਟ ਸਨੈਪਚੈਟ ਤੇ ਨਹੀਂ ਹੈਗੇ ਆਪਾਂ ਫੇਸਬੁੱਕ ਤੇ ਹਾਂ ਜੇ ਤੁਹਾਡਾ ਫੇਸਬੁੱਕ ਦਾ ਅਕਾਊਂਟ ਨਹੀਂ ਹੈ ਤੇ ਮੇਰੀ ਇਹੀ ਰਿਕੁਐਸਟ ਹੈ ਕਿ ਪਲੀਜ਼ ਆਪਣਾ ਫੇਸਬੁੱਕ ਦਾ ਅਕਾਊਂਟ ਕ੍ਰੀਏਟ ਕਰੋ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਬੱਚੇ ਕਹਿੰਦੇ ਆ ਕਿ ਸਾਡਾ ਫੇਸਬੁੱਕ ਦਾ ਅਕਾਊਂਟ ਨਹੀਂ ਹੈ ਇਟ ਓਨਲੀ ਟੇਕਸ 2 ਮਿੰਟਸ ਟੂ ਕ੍ਰੀਏਟ ਅ ਫੇਸਬੁੱਕ ਐਂਡ ਇੰਸਟਾਗ੍ਰਾਮ ਅਕਾਊਂਟ ਬਟ ਇੱਦਾਂ ਦੇ ਮੀਡੀਅਮਸ ਦੇ ਰਾਹੀਂ ਇੱਦਾਂ ਦੇ ਮਾਧਿਅਮ ਰਾਹੀਂ ਦੂਜੇ ਨਾਲ ਜਦੋਂ ਆਪਾਂ ਜੁੜੇ ਰਹਿੰਦੇ ਹਾਂ ਇੱਕ ਦੂਜੇ ਦੀ ਪ੍ਰੋਬਲਮ ਆਪਾਂ ਸੋਲਵ ਕਰਦੇ ਰਹਿੰਦੇ ਹਾਂ ਔਰ ਇਸ ਕਮਿਊਨਿਟੀ ਦੇ ਰਾਹੀਂ ਮੈਂ ਫਿਰ ਕਹਿੰਦਾ ਕਿ ਸਿਰਫ ਤੁਹਾਡਾ ਆਉਣ ਵਾਲੇ ਸਾਰੀ ਜਿਹੜੀ ਜਦੋਂ ਜਨਰੇਸ਼ਨ ਹੈ ਜਿਹੜੀ ਬਾਹਰ ਜਾਂਦੀ ਹੈ ਤੁਹਾਡੇ ਵਿਊ ਪੁਆਇੰਟ ਨਾਲ ਜਦੋਂ ਤੁਹਾਡੀ ਨਜ਼ਰੀਏ ਦੇ ਨਾਲ ਇਨਫੋਰਮੇਸ਼ਨ ਉਹਨਾਂ ਤੱਕ ਆਪਾਂ ਪਹੁੰਚਾਵਾਂਗੇ ਤੁਸੀਂ ਅਗਰ ਕੈਨੇਡਾ ਬੈਠੇ ਹੋਏ ਹੋ ਤਾਂ ਵੀ ਤੁਸੀਂ ਆਪਣੇ ਐਕਸਪੀਰੀਅੰਸਿਸ ਆਪਣੀ ਫੋਟੋਗ੍ਰਾਫਸ ਆਪਣੀ ਵੀਡੀਓ ਸ਼ੇਅਰ ਕਰ ਸਕਦੇ ਹੋ ਜੇ ਕਾਲਜ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਜੇ ਖਾਤਾ ਖੋਲਣ ਵਿੱਚ ਪ੍ਰੋਪਰਟੀ ਫਾਈਂਡ ਕਰਨ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਵੀ ਕੈਨ ਹੈਲਪ ਯੂ ਵਾਂਸ ਯੂ ਆਰ ਦੇਅਰ ਆਲਸੋ
you know, leave your details there, and I assure you that, you know, we've got team members in Canada also to help you. Sade Canada which we employees hai jo tuhadi help kar sakde hai, tuhadi madad kar sakde hai. Excuse me sir. Ji sir, meri AIP aa gayi hai te main pre registration bhi karti ha, but mainu schedule nahi mileya college vallon. Kehda college hai ji ma'am tuhanda? Sir Canada college aa Mississauga. अपना तुसी चैट बॉक्स से एक बारी नंबर दस दो, नहीं तो अपना पूरा नाम दस दो, वी विल बी एबल टू यू नो शेयर दैट इनफॉरमेशन. कैनेडा कॉलेज की थर्ड वीक विच क्लासेस शुरू हो रही हैं, सो आई एम श्योर कि तानू शेड्यूल मिल जाएगा जल्दी, यू डोंट हैव टू वरी अबाउट इट. हेलो, जो नहीं मिले तो फोन नु हुई थी एआईपी आई सी ते मैं ट्यूसडे नु अपनी प्री रजिस्ट्रेशन कीती सी, बट हाल तक मैनु कोई मेल नहीं आई कॉलेज वाले. कोई गल नहीं, तुसी अपना नाम और नंबर प्लीज या तो हुनी दस दो या चैट बॉक्स में टाइप कर दो, और अपना हुनी कॉल करके वी विल इंश्योर दैट यू गेट योर रजिस्ट्रेशन डन. सर मेरा नाम सुखदीप कौर है. ओके सुखदीप, व्हाट इज योर फोन नंबर? ओके, वी विल कॉल यू बैक सुखदीप नाउ ओनली. हेलो. ओके मैम. हेलो जी. सर मेरे नाल भी सेम यही प्रॉब्लम है, एआईपी मेरी आ चुकी है ते प्री रजिस्ट्रेशन कराती है मैं, पर मेरा शेड्यूल नहीं आया क्लासों का अभी तक. बेटा की नाम है अपना? लवप्रीत सिंह. लवप्रीत नंबर दे दो अपना चैट बॉक्स विच भी, सुखदीप और लवप्रीत अपना नंबर एक बारी ड्रॉप कर देना, बिकॉज़ अपन एक बारी फिर इनको रिव्यू करेंगे एंड वी विल पर्सनली कॉल यू अगेन यू नो टू इंश्योर दैट इट इज हैपनिंग. हेलो सर. जी मैम. सर मैं लैम्पटन कॉलेज मिसिसागा च अप्लाई किया है, एआईपी आ गया है, मैं अपनी रजिस्ट्रेशन कर रही थी तो उथे एआईपी की जगह था एक और डॉक्यूमेंट सबमिट हो गया, मींस कि एआईपी भी होया है नाल एक और हो गया, तो कोई प्रॉब्लम तो नहीं? कोई प्रॉब्लम नहीं है, यू नो अनलेस अंटिल उस डॉक्यूमेंट पे कॉलेज नु कोई चंगा माड़ा ना क्या होवे फिर कोई प्रॉब्लम नहीं. नहीं वो डॉक्यूमेंट कॉलेज वालों ही सी कि उन्होंने दसे सी कि लैपटॉप के वेंदा चाहिए है ओ सी. कोई गल नहीं थी, नो प्रॉब्लम, तुम चिंता ना करो, डोंट वरी अबाउट इट, बिल्कुल रिलैक्स करो. वाहेगुरु जी, वाहेगुरु हैज बीन वेरी वेरी काइंड ऑन ऑल ऑफ अस. बाबा जी दी बहुत मेहर है साडे सारे ते कि आपां सेकंड स्टेज विच प्रोग्रेस कर गए हां एंड वी मूव फॉरवर्ड. And you know, अपनी classes start करो so that you know second stage में अगर कोई इतना दे question पूछे जाने हैं तो we have an answer to give. And believe me, travel support letters भी colleges वो उन्हें बच्चे नो issue करते हैं जिधर अपनी classes start करते हैं. But again, अगर college का refund policy है कहती है कि second stage में refusal होएगा तो फिर तुसी चाहे अपनी classes ना start करो, फिर चाहे deferral ले लो, वो अपना ताड़े दे छड़ दे हैं. But अगर college की refund policy है तो please अपनी तुसी classes start कर सकते हैं. With that note, guys, thank you very, very much. तुसी अपना again chat box से अपने numbers तुसी छाड़ सकते हो, community join कर सकते हो. Sunil, Pooja ma'am, 9256392563 से call कर सकते हो. And I can assure you that you know your calls and your queries will be solved today only. आज दी आज ही solve हो गया. बाकी जानते जानते मैं ही सुनेहा दमंगा कि अपना please ध्यान रखो, you know mask पाके रखो, सोशल डिस्टेंसिंग की पालना करो. अपना अपनी जिंदगी तो पता नहीं बचानी है, पर एट द सेम टाइम जिहड़े साडे परिवार के मैंबर है, साडे बजुर्ग है, छोटे बच्चे है, भैन भाई है छोटे, उन्होंने कितना सेफगार्ड करना है. सो इस जिहड़े वायरस और इनफेक्शन तो ताही बचिया जा सकता है जे आप अपना ध्यान रखांगे. लाइटली नहीं लैना बिल्कुल भी, यह कोई नॉर्मल खंघ जुकाम नहीं है. बहुत सारे पेशेंट एसिम्पटोमैटिक तो हो सकते हैं, पर जिन्होंने सिमटम आती है वो बहुत प्रॉब्लम भी आते हैं. You know, so इस करके प्लीज अपना ध्यान रखो, खुश रहो, you know, और at the same time कोई concern है तो हमेशा साथ में साझा करते रहो. With that note, सत श्री अकाल, वाहिगुरु जी का खालसा, वाहिगुरु जी की फतेह. थैंक यू. पिरामिड, वीजा फॉर अ बेटर लाइफ.